ਸਤਨਾਮ ਵਾਹਿਗੁਰੂ ਸਾਹਿਬ ਜੀਓ। ਡਾਉਤ ਬੰਧਨ ਅਨਕ ਬਾਰ ਸਰਬ ਕਲਾ ਸਮਰਥ ਡੋਲਣ ਤੇਰਾ ਕੋ ਪ੍ਰਭੂ ਨਾਨਕ ਦੇ ਕਰ ਹੱਥ। ਜਿਉ ਬੁਲਾਵੈ ਤਿਉ ਬੋਲੈ ਸਵਾਮੀ, ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਗੁਰੂ ਸਵਾਰਿਓ ਜੀ, ਅਦਬ ਸਤਿਕਾਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਇਤਿਹਾਸ ਦੇ ਉਹ ਪੰਨੇ ਜਿਹੜੇ ਇੱਕ ਪਾਸੇ ਸਿੱਖਾਂ ਦੀਆਂ ਕੁਰਬਾਨੀਆਂ ਦਾ ਮਾਣ ਮੱਤਾ ਇਤਿਹਾਸ ਲਈ ਬੈਠੇ ਨੇ, ਦੂਜੇ ਪਾਸੇ ਉਹਨਾਂ ਕੁਝ ਦੁਖਦਾਈ ਘਟਨਾਵਾਂ ਦਾ ਜ਼ਿਕਰ ਹੈ ਜਿਹੜੀਆਂ ਅਸੀਂ ਗਦਾਰਾਂ ਦੇ ਹੱਥੋਂ ਖਾਧੀਆਂ ਹੋਈਆਂ ਮਾਰਾਂ ਦੇ ਕਾਰਨ ਆਪਣੀ ਹੀ ਬਰਬਾਦੀ ਇਹਨਾਂ ਇਤਿਹਾਸਕ ਅੱਖਰਾਂ ਵਿੱਚੋਂ ਵੇਖ ਸਕਦੇ ਹਾਂ। ਕਿਤਨੀਆਂ ਮਹਾਨ ਕੁਰਬਾਨੀਆਂ ਦੇ ਕੇ ਸਿੱਖ ਯੋਧਿਆਂ ਨੇ ਨਿੱਤ ਦਿਹਾੜੇ ਪੜ੍ਹੀ ਜਾਂਦੀ ਇਹ ਲਾਈਨ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ, ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ ਹੋਏ, ਇਹਨਾਂ ਰਾਜਨੀਤਿਕ ਨਾਰਿਆਂ ਨੂੰ ਸਾਕਾਰ ਰੂਪ ਦਿੱਤਾ ਸੀ ਤੇ ਰਾਜ ਭਾਗ ਪ੍ਰਾਪਤ ਕੀਤਾ ਸੀ। ਚੰਦ ਰੋਜ਼ ਹੀ ਤਵਾਰੀਖਾਂ ਦੇ ਪੰਨਿਆਂ ਤੇ ਇਹ ਖਾਲਸਾ ਰਾਜ ਦੀ ਹੋਂਦ ਬਰਕਰਾਰ ਰਹਿ ਸਕੀ। ਪਿਛਲੇ ਸਮੇਂ ਚ ਆਪਾਂ ਵਿਚਾਰ ਕੀਤੀ ਸੀ, ਸਭਰਾਵਾਂ ਦੇ ਜੰਗ ਨੇ ਕੇਵਲ ਸਾਡੀ ਝੋਲੀ ਵਿਚ ਹਾਰ ਹੀ ਨਹੀਂ ਪਾਈ, ਬਲਕਿ ਕਈ ਅਣਖੀ ਸੂਰਮੇ ਸ਼ਾਮ ਸਿੰਘ ਅਟਾਰੀ ਇਤੇ ਆਦਿਕ ਦੇ ਨਾਲ ਦੇ ਸਾਥੀ ਜਿਹੜੇ ਆਪਣੇ ਗੁਰੂ ਦੇ ਨਾਮੋ ਨਿਸ਼ਾਨ ਲਈ, ਜਿਹੜੇ ਸਿੱਖ ਰਾਜ ਦੇ ਇਸ ਵਫ਼ਾਦਾਰ ਹੋ ਕੇ ਜੰਗ ਦੇ ਮੈਦਾਨ ਵਿਚ ਮਰ ਮਿੱਟੇ, ਉਹਨਾਂ ਮਹਾਨ ਸੂਰਮਿਆਂ ਨੇ ਇਸ ਅਸੀਂ ਉਹਨਾਂ ਨੂੰ ਆਪਣੇ ਕੋਲੋਂ ਗਵਾ ਲਿਆ। ਗਦਾਰਾਂ ਨੇ ਮੋਢੀ ਇਹੋ ਜਿਹਾ ਬੰਨਿਆ ਸੀ ਜਿਹਦੇ ਕਾਰਨ ਕਰਕੇ ਉਹਨਾਂ ਨੂੰ ਆਪਣਾ ਸਾਕਾਰ ਰੂਪ ਤਾਂ ਪੂਰਾ ਹੋ ਗਿਆ, ਪਰ ਜੋ ਘਾਟਾ ਉਸ ਵੇਲੇ ਖਾਲਸਾ ਰਾਜ ਨੂੰ ਪਿਆ ਉਹ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਸੀ। ਬਲਕਿ ਦੂਜੇ ਸ਼ਬਦਾਂ ਵਿਚ ਮੈਂ ਕਹਾਂ, ਪਹਿਲਾਂ ਤੁਰਿਆ ਆ ਰਿਹਾ ਬਰਬਾਦੀ ਦਾ ਕਾਰਨ ਉਹ ਇੱਕ ਖਾਸ ਮੁੱਢ ਵੱਜ ਗਿਆ। ਖੈਰ ਵਕਤ ਆਇਆ ਜਦੋਂ ਇਨ੍ਹਾਂ ਗੋਰਿਆਂ ਨੇ ਉਹ ਸਭਰਾਵਾਂ ਦਾ ਜੰਗ ਜਿੱਤਿਆ। ਉਸ ਤੋਂ ਬਾਅਦ ਵਿਚ ਕੁਝ ਸਮੇਂ ਤੋਂ ਬਾਅਦ 12 ਫਰਵਰੀ 1846 ਦਾ ਉਹ ਦਿਨ ਹੈ ਜਿਸ ਦਿਨ ਗੋਰਿਆਂ ਨੇ ਸਤਲੁਜ ਨੂੰ ਪਾਰ ਕੀਤਾ ਤੇ ਪਾਰ ਕਰਕੇ ਕਸੂਰ ਦਾ ਕਿਲਾ ਉਹਨਾਂ ਨੇ ਆਪਣੇ ਕਬਜ਼ੇ ਵਿਚ ਲੈ ਲਿਆ। ਸ਼ਾਇਦ ਆਪਣੇ ਧਿਆਨ ਦਿੱਤਾ ਹੋਵੇ, ਜਦੋਂ ਮਹਾਰਾਜਾ ਰਣਜੀਤ ਸਿੰਘ ਦੀਆਂ ਆਪਾਂ ਜਿੱਤਾਂ ਦਾ ਜ਼ਿਕਰ ਕੀਤਾ ਸੀ, ਉਦੋਂ ਪਹਿਲੀਆਂ ਜਿੱਤਾਂ ਵਿਚੋਂ ਕਸੂਰ ਦਾ ਕਿਲਾ ਵੀ ਇੱਕ ਪਹਿਲੀ ਜਿੱਤ ਦਾ ਇਹ ਪ੍ਰਾਪਤੀ ਸੀ। ਬਰਬਾਦੀ ਵੇਲੇ ਵੀ ਜਦੋਂ ਗੋਰਿਆਂ ਨੇ ਆ ਕੇ ਕਬਜ਼ੇ ਕੀਤੇ ਤਾਂ ਉਨ੍ਹਾਂ ਵਿਚੋਂ ਵੀ ਕਸੂਰ ਦਾ ਕਿਲਾ ਪਹਿਲਾਂ ਹੀ ਹੈ ਜਿਹਦੇ ਵਿਚ ਆ ਕੇ ਉਨ੍ਹਾਂ ਨੇ ਕਬਜ਼ਾ ਕੀਤਾ। ਇੱਥੇ ਰਹਿੰਦਿਆਂ ਇੱਕ ਵਕਤ ਐਸਾ ਬਣਿਆ 14 ਫਰਵਰੀ 1846 ਨੂੰ ਡੋਗਰਾ ਗੁਲਾਬ ਸਿੰਘ
ਕੁਝ ਇੱਕ ਆਪਣੇ ਨਾਲ ਦੇ ਬੰਦੇ ਇਕੱਠੇ ਕਰਕੇ ਡੈਪੂਟੇਸ਼ਨ ਲੈ ਕੇ ਇਸ ਗੋਰੀਆਂ ਨੂੰ ਮਿਲਣ ਵਾਸਤੇ ਗਿਆ, ਹਾਰਡਿੰਗ ਨੂੰ ਮਿਲਣ ਵਾਸਤੇ ਗਿਆ ਤੇ ਅੱਗੇ ਉਹਨਾਂ ਨੂੰ ਜੀਆਂ ਜਾਂ ਆਖਣ ਵਾਸਤੇ ਗਿਆ। ਔਰ ਇਹ ਜਿਹੜੀਆਂ ਕੀਤੀਆਂ ਹੋਈਆਂ ਗਦਾਰੀਆਂ ਸਨ ਉਹਨਾਂ ਦਾ ਕੁਝ ਮੁੱਲ ਪਾਉਣ ਵਾਸਤੇ ਵੀ, ਤੇ ਅੱਜ ਉਹਨਾਂ ਦੇ ਆਪਣੇ ਇਸ ਰਾਜ ਤਖ਼ਤ ਤੇ ਉਹਦੇ ਵੱਲੋਂ ਵੱਧ ਰਹੇ ਕਦਮਾਂ ਨੂੰ ਉਹਨਾਂ ਨੂੰ ਜੀਆਂ ਜਾਂ ਕਹਿਣ ਵਾਸਤੇ। ਦੂਜੇ ਸ਼ਬਦਾਂ ਵਿੱਚ ਅੱਜ ਜਿਹੜਾ ਆਪਾਂ ਪੰਜਾਬੀ ਵਿੱਚ ਕਈ ਵਾਰੀ ਸ਼ਬਦ ਵਰਤਦੇ ਹਾਂ ਚਮਚਾਗਿਰੀ ਦਾ, ਉਹ ਬਿਲਕੁਲ ਚੋਟੀ ਦਾ ਇੱਕ ਰੂਪ ਦਿਖਾਉਣ ਵਾਸਤੇ ਗੁਲਾਬ ਸਿੰਘ ਟੋਕਰਾ ਗਿਆ। ਇੱਕ ਗੱਲ ਚੇਤਾ ਰੱਖਿਓ, ਹੁਣ ਨਾਲ ਨਾਲ ਆਪਾਂ ਇਤਿਹਾਸ ਵਿੱਚੋਂ ਵਿਚਾਰਨਾ ਹੈ। ਗੋਰੇ ਇਸ ਗੱਲੋਂ ਬੜੇ ਸੁਚੇਤ ਰਹਿੰਦੇ ਸਨ ਵੀ ਜਿਨ੍ਹਾਂ ਨੇ ਆਪਣਿਆਂ ਨੂੰ ਖਾ ਲਿਆ, ਜਿਹੜੇ ਆਪਣਿਆਂ ਦੇ ਵਫ਼ਾਦਾਰ ਨਹੀਂ ਬਣ ਸਕੇ ਉਹਨਾਂ ਨੇ ਸਾਡੇ ਵਫ਼ਾਦਾਰ ਕਿੱਥੋਂ ਬਣਨਾ। ਗੋਰਿਆਂ ਨੇ ਬਿਲਕੁਲ ਵੀ ਗੱਲ ਨਾ ਕੀਤੀ, ਵਾਪਸ ਮੋੜ ਦਿੱਤਾ ਔਰ ਨਾਲ ਗੱਲ ਕਹੀ ਵੀ ਅਸੀਂ ਜਿਹੜੀ ਗੱਲ ਕਰਨੀ ਹੋਏਗੀ ਮਹਾਰਾਜਾ ਦਲੀਪ ਸਿੰਘ ਦੇ ਨਾਲ ਲੈ ਕੇ ਤੇ ਉਸ ਦਰਬਾਰ ਵਿੱਚ ਸਾਰੀ ਗੱਲ ਹੋਏਗੀ। ਇਹਨਾਂ ਨੂੰ ਫਿਰ ਨਾ ਚੈਨ ਆਇਆ। ਆਖਿਰਕਾਰ 18 ਫਰਵਰੀ 1846 ਨੂੰ ਮਹਾਰਾਜਾ ਦਲੀਪ ਸਿੰਘ ਨੂੰ ਨਾਲ ਲੈ ਕੇ ਫਿਰ ਇਹ ਡੋਗਰਾ ਪਾਰਟੀ ਜਾ ਕੇ ਹਾਜ਼ਰ ਹੋਈ। ਉਹਨਾਂ ਨੇ ਕੋਈ ਅਦਬ ਸਤਿਕਾਰ ਵੀ ਨਾ ਦਿੱਤਾ, ਬੜੇ ਸਾਦੇ ਜਿਹੇ ਸ਼ਬਦਾਂ ਵਿੱਚ ਕੇਵਲ ਇਤਨੀ ਗੱਲ ਕਹੀ ਵੀ ਅਸੀਂ ਇੱਕ ਅਹਿਦਨਾਮਾ ਲਿਖਿਆ ਹੈ, ਉਹਨੂੰ ਪੜ੍ਹ ਲਓ, ਉਹਦੇ ਪੜ੍ਹ ਕੇ ਉਹਦੇ ਉੱਤੇ ਸਹਿਨ ਕਰਨੀ ਤੁਸੀਂ ਆਪਣੇ ਮਨ ਬਣਾ ਲਓ। ਔਰ ਇਹ ਗੱਲ ਕਹੀਗੀ ਵੀ ਜਿਹੜੀ ਬਾਕੀ ਗੱਲਾਂ ਹੋਣਗੀਆਂ ਉਹ ਲਾਹੌਰ ਦਰਬਾਰ ਵਿੱਚ ਪਹੁੰਚ ਕੇ ਹੋ ਸਕਦੀਆਂ ਨੇ, ਉਹਨਾਂ ਨੂੰ ਰਾਹਾਂ ਵਿੱਚ ਇਵੇਂ ਨਹੀਂ ਕੀਤਾ ਜਾ ਸਕਦਾ। ਅਸਲ ਕਾਰਨ ਇਹ ਸੀ ਗੋਰੇ ਆਪਣੀ ਇੱਕ ਦਹਿਸ਼ਤ ਪਾਉਣੀ ਚਾਹੁੰਦੇ ਸਨ, ਆਪਣਾ ਇੱਕ ਪ੍ਰਭਾਵ ਪਾਉਣਾ ਚਾਹੁੰਦੇ ਸਨ। ਹੁਣ ਤੱਕ ਉਹਨਾਂ ਦਾ ਵਿਹਾਰ ਕੁਝ ਵੱਖਰੇ ਢੰਗ ਦਾ ਸੀ ਪਰ ਹੁਣ ਵਿਹਾਰ ਬਿਲਕੁਲ ਵੱਖਰੇ ਢੰਗ ਦਾ, ਉਹਨਾਂ ਬਿਲਕੁਲ ਕੋਈ ਪਰਵਾਹ ਨਾ ਮੰਨੀ, ਪਰਵਾਹ ਹੈ ਵੀ ਨਹੀਂ ਸੀ ਉਹਨਾਂ ਨੂੰ ਕਿਸੇ ਗੱਲ ਦੀ। ਖੈਰ ਜਿਹੜੀ ਬੇਨਤੀ ਕਰ ਰਿਹਾ ਸਾਂ, ਆਖਿਰਕਾਰ ਉਹ ਇੱਕ ਦਿਨ ਵਕਤ ਆਇਆ ਜਿਸ ਦਿਨ ਉਹਨਾਂ ਨੇ ਇਹ ਵਿਚਾਰ ਬਣਾ ਲਈ ਵੀ ਹੁਣ ਜਿਹੜੀ ਖਾਲਸਾ ਦਰਬਾਰ ਹੈ ਉਹਦੀ ਖਾਤਮਾ ਕਰਕੇ ਤੇ ਸਾਨੂੰ ਲਾਹੌਰ ਵਿੱਚ ਜਾਣਾ ਚਾਹੀਦਾ। ਹਾਲੇ ਕੁਝ ਇੱਕ ਫੌਜ ਜਿਹੜੀ ਉਹ ਅੰਮ੍ਰਿਤਸਰ ਸਾਹਿਬ ਦੇ ਵਿੱਚ ਕਰੀਬ 20,000 ਸਿੱਖਾਂ ਦੀ ਸੀ ਤੇ 15,000 ਦੀ ਫੌਜ ਕਹਿ ਲੋ ਲਾਹੌਰ ਦੇ ਵਿੱਚ ਸੀ। ਇਸ ਗੱਲ ਕਰਕੇ ਗੋਰਿਆਂ ਨੇ ਸਿੱਧਾ ਕਬਜ਼ਾ ਤਾਂ ਹਜੇ ਲਾਹੌਰ ਦੇ ਤਖ਼ਤ ਤੇ ਨਾ ਕਰਨਾ ਚਾਹਿਆ ਪਰ ਉਹਨਾਂ ਨੇ ਇੱਕ ਉਪਰਾਲਾ ਕਰ ਲਿਆ। ਉਹਨਾਂ ਨੇ ਲਾਹੌਰ ਦੇ ਵਿੱਚ ਆਪਣੇ ਕਦਮ ਅੱਗੇ ਵਧਾਏ ਤੇ ਜਿਹੜੀ ਛਾਉਣੀ ਸਾਈਂ ਮੀਆਂ ਮੀਰ ਦੇ ਨਾਂ ਨਾਲ ਪ੍ਰਸਿੱਧ ਹੈ ਉਹ ਛਾਉਣੀ ਤੱਕ ਪਹੁੰਚ ਕਰ ਲਈ। ਔਰ ਇਹਨਾਂ ਨੇ ਕੋਸ਼ਿਸ਼ ਇਹ ਵੀ ਕੀਤੀ ਵੀ ਮਹਾਰਾਜਾ ਦਲੀਪ ਸਿੰਘ ਨੂੰ ਅੱਗੇ ਲਾ ਕੇ ਆਪ ਆਪਣੀਆਂ ਫੌਜਾਂ ਪਿੱਛੇ, ਜਿਵੇਂ ਅਸੀਂ ਮਹਾਰਾਜਾ ਦਲੀਪ ਸਿੰਘ ਦੀ ਅਗਵਾਈ ਵਿੱਚ ਉਹਦੇ ਹੀ ਖਾਲਸਾ ਰਾਜ ਦੇ ਹਮਾਇਤੀ ਬਣ ਕੇ ਆਏ ਹਾਂ, ਪ੍ਰਗਟ ਇਹ ਕਰਨਾ ਚਾਹੁੰਦੇ ਨੇ। ਪਰ ਜਿਹਨਾਂ ਸਿੱਖਾਂ ਨੇ ਸਭ ਕੁਝ ਵੇਖਿਆ ਹੋਇਆ ਸੀ ਉਹਨਾਂ ਕੋਲ ਬਰਦਾਸ਼ਤ ਨਹੀਂ ਸੀ ਹੁੰਦਾ। ਵਿਦਵਾਨਾਂ ਨੇ ਗੱਲ ਲਿਖੀ ਹੈ ਵੀ ਜਦੋਂ ਉਹ ਲਾਹੌਰ ਦੇ ਵਿੱਚ ਪ੍ਰਵੇਸ਼ ਕਰ ਰਹੇ ਸਨ ਹਰ ਸਿੱਖ ਮਹਿਸੂਸ ਕਰ ਰਿਹਾ ਸੀ ਅਸਲ ਵਿੱਚ ਉਹਨਾਂ ਦੇ ਕਦਮ ਧਰਤੀ ਤੇ ਨਹੀਂ, ਇਹਨਾਂ ਅਣਖੀ ਯੋਧਿਆਂ ਦੀਆਂ ਹਿੱਕਾਂ ਤੇ ਵੱਜ ਰਹੇ ਸਨ। ਕੋਈ ਦੇਖ ਕੇ ਕਚੀਚੀਆਂ ਵੱਟ ਰਿਹਾ ਸੀ, ਕਿਸੇ ਦੇ ਹੱਥਾਂ ਵਿੱਚ ਪਸੀਨੇ ਆਏ ਸਨ, ਕੋਈ ਆਪਣੀ ਕੀਤੀ ਤੇ ਪਛਤਾ ਰਿਹਾ ਸੀ ਅਸੀਂ ਕਿਉਂ ਨਾ ਇਹਨਾਂ ਪਾਪੀਆਂ ਡੋਗਰਿਆਂ ਨੂੰ ਕਿਉਂ ਨਾ ਇਹਨਾਂ ਨੂੰ ਅਸੀਂ ਪਛਾਣ ਸਕੇ, ਨਿੱਕੀਆਂ ਨਿੱਕੀਆਂ ਗਲਤੀਆਂ ਦੇ ਇਤਨੇ ਵੱਡੇ ਹਰਜਾਨੇ ਇਹ ਅੱਜ ਸਾਨੂੰ ਭੁਗਤਣੇ ਪੈ ਰਹੇ ਸਨ। ਸਿਆਣੇ ਲੋਕ ਕਹਿੰਦੇ ਨੇ ਲਮੋ ਨੇ ਖਤਾ ਕੀ ਸਦੀਓ ਨੇ ਸਜ਼ਾ ਪਾਈ, ਉਹ ਅਵਸਥਾ ਇਨ ਲੋਕਾਂ ਦੀ ਬਣੀ ਹੋਈ ਸੀ ਬਹੁਤ ਔਖੇ ਢੰਗ ਦੇ ਨਾਲ, ਭਾਵੇਂ ਇਸ ਗੱਲ ਨੂੰ ਅੱਖਾਂ ਹੀ ਅੱਖਾਂ ਰਾਹੀਂ ਉਹ ਗੋਰੇ ਵੀ ਮਹਿਸੂਸ ਕਰ ਰਹੇ ਸਨ। ਸਿੱਖ ਸਰਦਾਰਾਂ ਨੂੰ ਇਹ ਬਰਦਾਸ਼ਤ ਕਰਨਾ ਕਿੰਨਾ ਔਖਾ ਸੀ ਪਰ ਆਖਿਰਕਾਰ ਫੌਜਾਂ ਲਾਹੌਰ ਵਿੱਚ ਪਹੁੰਚ ਗਈਆਂ। ਪਿਆਰ ਵਾਲਿਓ, ਇਹਨਾਂ ਨੇ ਆਉਂਦਿਆਂ ਸਾਰ ਪਹਿਲਾ ਹੁਕਮ ਇਹ ਕੀਤਾ ਵੀ ਜਿਤਨੀਆਂ ਵੀ ਸਿੱਖ ਫੌਜਾਂ ਨੇ ਉਹ ਸਾਰੀਆਂ ਦੀਆਂ ਸਾਰੀਆਂ ਰਾਵੀ ਦਰਿਆ ਪਾਰ ਕਰਕੇ ਸ਼ਾਹਦਰਾ ਵੱਲ ਚਲੇ ਜਾਣ। ਨਾਲ ਹੀ ਇੱਕ ਹੁਕਮ ਇਹ ਵੀ ਜਾਰੀ ਕਰ ਦਿੱਤਾ
ਵੀ ਅਗਰ ਕਿਸੇ ਸਿੱਖ ਸਿਪਾਹੀ ਨੇ ਮੁੜ ਲਾਹੌਰ ਵਿਚ ਕਦਮ ਪਾਉਣਾ ਹੋਇਆ ਤਾਂ ਉਹਨੂੰ ਆਪਣੀ ਮਰਜ਼ੀ ਨਹੀਂ ਬਲਕਿ ਹੁਣ ਅੰਗਰੇਜ਼ੀ ਸਰਕਾਰ ਦੀ ਮਰਜ਼ੀ ਦੇ ਅਨੁਸਾਰ ਆਗਿਆ ਲੈ ਕੇ ਆਉਣਾ ਹੋਵੇਗਾ। ਉਸ ਤੋਂ ਬਿਨਾਂ ਉਨ੍ਹਾਂ ਨੂੰ ਇੱਥੇ ਆਉਣ ਦੀ ਆਗਿਆ ਨਹੀਂ ਹੈ। ਲਾਹੌਰ ਦਰਬਾਰ ਦੇ ਵਿਚ ਬੈਠ ਕੇ ਹੀ ਕੁਝ ਇਕ ਉਨ੍ਹਾਂ ਨੇ ਅਹਿਦਨਾਮਾ ਲਿਖਿਆ। ਉਹ ਅਹਿਦਨਾਮਾ ਉਹਦੇ ਵਿਚ 16 ਨੁਕਤੇ ਲਿਖੇ ਨੇ ਪਰ ਜਿਹੜੇ ਪ੍ਰਤੱਖ ਤੌਰ ਤੇ ਪ੍ਰਮੁੱਖ ਨੇ ਉਨ੍ਹਾਂ ਵਿਚੋਂ 8 ਬੜੇ ਖਾਸ ਨੇ, ਬਾਕੀ ਥੋੜੇ ਜੇ ਹੋਰ ਤਰੀਕੇ ਦੇ ਨੇ, ਉਨ੍ਹਾਂ ਦੀ ਕੋਈ ਖਾਸ ਚਰਚਾ ਕਰਨ ਦੀ ਜ਼ਰੂਰਤ ਨਹੀਂ ਮੈਂ ਸਮਝਦਾ। ਭਾਵੇਂ ਇਹ ਅਹਿਦਨਾਮਾ 9 ਮਾਰਚ 1846 ਨੂੰ ਲਿਖਿਆ ਗਿਆ ਪਰ ਕੁਝ ਹੀ ਦਿਨਾਂ ਬਾਅਦ 11 ਮਾਰਚ ਨੂੰ ਫਿਰ ਦੁਬਾਰੇ ਇਹਦੇ ਵਿਚ ਤਬਦੀਲੀ ਕੀਤੀ ਗਈ, 16 ਮਾਰਚ ਨੂੰ ਫਿਰ ਤਬਦੀਲੀ ਕੀਤੀ ਗਈ। ਪਰ ਫਿਰ ਵੀ ਜੋ ਕੁਝ ਨੁਕਤੇ ਉਗੜ ਕੇ ਸਾਹਮਣੇ ਆਉਂਦੇ ਨੇ ਉਹਦੇ ਵਿਚੋਂ ਡਾਕਟਰ ਹਰਜਿੰਦਰ ਸਿੰਘ ਦਲਗੀਰ ਨੇ ਇਨ੍ਹਾਂ ਵਿਚੋਂ ਕੁਝ ਦਾ ਇਕ ਜ਼ਿਕਰ ਕੀਤਾ, ਉਹ ਤੁਹਾਡੇ ਨਾਲ ਸਾਂਝਾ ਕਰਨ ਲੱਗੇ। ਪਹਿਲਾ ਅਹਿਦਨਾਮਾ ਇਹ ਲਿਖਿਆ ਗਿਆ ਭਈ ਇਸ ਅਹਿਦਨਾਮੇ ਦੇ ਤਹਿਤ ਦੇਖੋ ਇਕ ਗੱਲ ਹੋਰ ਖਿਆਲ ਕਰਿਓ, ਸਾਡੇ ਪੰਜਾਬੀ ਦੇ ਵਿਰਸੇ ਵਿਚ ਇਕ ਕਹਾਵਤ ਪਈ ਹੈ, ਨਾਲੇ ਚੋਰ ਨਾਲੇ ਚਲਾਕੀ, ਇਹ ਦੋਵੇਂ ਪੱਖ ਪੂਰੇ ਕਰ ਰਹੇ ਨੇ ਗੋਰੇ। ਕਾਰਨ ਤੇ ਇਹ ਬਣਿਆ ਇਕ ਪਾਸੇ ਤਾਂ ਖਾਲਸਾ ਰਾਜ ਦੀ ਤਬਾਹੀ ਕਰਕੇ ਆਪ ਆ ਰਹੇ ਨੇ, ਪਰ ਦੂਜੇ ਪਾਸੇ ਹੈਰਾਨੀ ਦੀ ਗੱਲ ਹੈ ਜਿਹੜਾ ਦੋਸ਼ਾਂ ਦਾ ਕਿੱਸਾ ਹੈ ਉਹ ਵੀ ਸਿੱਖ ਸਰਦਾਰਾਂ ਤੇ ਜਾਂ ਖਾਲਸਾ ਰਾਜ ਦੇ ਸਿਰ ਤੇ ਮੜਿਆ ਜਾ ਰਿਹਾ ਹੈ। ਇਨ੍ਹਾਂ ਨੇ ਅਹਿਦਨਾਮੇ ਦੀ ਪਹਿਲੀ ਸ਼ਰਤ ਇਹ ਲਿਖੀ ਭਈ ਇਹ ਜਿਹੜਾ ਜੰਗ ਸਾਨੂੰ ਲੜਨਾ ਪਿਆ ਇਹ ਅਸਲ ਵਿਚ ਅਸੀਂ ਆਪਣੀ ਮਰਜ਼ੀ ਨਾਲ ਜਾਂ ਕਿਸੇ ਕਬਜ਼ਾ ਕਰਨ ਦੀ ਭਾਵਨਾ ਨਾਲ ਨਹੀਂ ਲੜਿਆ, ਬਲਕਿ ਇਹ ਜੰਗ ਤਾਂ ਤੁਹਾਡੀਆਂ ਛੇੜਖਾਨੀਆਂ ਦੇ ਕਾਰਨ ਸਾਨੂੰ ਲੜਨਾ ਪਿਆ, ਤੁਹਾਡੀਆਂ ਬੇਤਰਤੀਬੀਆਂ ਦੇ ਕਾਰਨ ਸਾਨੂੰ ਲੜਨਾ ਪਿਆ। ਉਨ੍ਹਾਂ ਬੇਤਰਤੀਬੀਆਂ ਦੇ ਕਾਰਨ ਲੜਿਆ ਹੋਇਆ ਜੰਗ, ਜਿਹੜਾ ਕੁਝ ਸਾਡਾ ਮਾਲੀ ਨੁਕਸਾਨ ਹੋਇਆ ਉਹ ਤੁਹਾਨੂੰ ਭਰਨਾ ਪਵੇਗਾ, ਜੋ ਜਾਨੀ ਨੁਕਸਾਨ ਹੋਇਆ ਉਹਨੂੰ ਕੋਈ ਭਰ ਨਹੀਂ ਸਕਦਾ, ਨਾ ਤੁਸੀਂ ਭਰ ਸਕਦੇ ਹੋ ਨਾ ਅਸੀਂ ਭਰ ਸਕਦੇ, ਪਰ ਜੋ ਕੁਝ ਮਾਲੀ ਨੁਕਸਾਨ ਹੋਇਆ ਉਹਦੇ ਇਵਜ਼ਾਨੇ ਵਜੋਂ ਜਲੰਧਰ ਦੁਆਬਾ ਭਾਵ ਸਤਲੁਜ ਤੇ ਬਿਆਸਾ ਦਰਿਆ ਦੇ ਵਿਚਕਾਰ ਦਾ ਜਿਹੜਾ ਹਿੱਸਾ ਹੋਵੇਗਾ ਉਹਨੂੰ ਤੁਸੀਂ ਅੰਗਰੇਜ਼ਾਂ ਨੂੰ ਇਸ ਜੰਗ ਦੇ ਖਰਚੇ ਵਜੋਂ ਦੇਣਾ ਹੋਵੇਗਾ, ਭਾਵ ਇਸ ਥਾਂ ਦੇ ਉੱਤੇ ਜਿਹੜਾ ਸਾਡਾ ਕੀਤਾ ਹੋਇਆ ਕਬਜ਼ਾ ਉਹ ਇਸ ਗੱਲ ਲਈ ਹੈ ਭਈ ਇਹ ਜਿਹੜਾ ਕੁਝ ਕੀਤਾ ਅਸੀਂ ਜੰਗ ਦਾ ਖਰਚਾ ਪੂਰਾ ਕਰਨ ਵਾਸਤੇ ਕੀਤਾ। ਦੂਜੀ ਗੱਲ ਇਹ ਲਿਖੀ ਗਈ ਭਈ ਜਿਹੜਾ ਲਾਹੌਰ ਸ਼ਹਿਰ ਦਰਬਾਰ ਹੈ ਇਹਦੇ ਵਿਚ ਸਿਰਫ 25 ਬਟਾਲੀਅਨ ਪੈਦਲ ਫੌਜ ਰੱਖੀ ਜਾ ਸਕਦੀ ਹੈ ਤੇ 12,000 ਘੋੜ ਸਵਾਰ ਰੱਖੀ ਜਾ ਸਕਦੀ ਹੈ। ਅਗਰ ਖਾਲਸਾ ਦਰਬਾਰ ਕੋਈ ਫੌਜ ਰੱਖਣੀ ਚਾਹੁੰਦਾ ਤਾਂ ਬਸ ਉਹਨੂੰ ਕੇਵਲ ਇੰਨੀ ਫੌਜ ਰੱਖਣ ਦਾ ਹੱਕ ਹੋਵੇਗਾ, ਔਰ ਉਹਦੇ ਦਰਮਿਆਨ ਵੀ ਜੇ ਇਹ ਚਾਹੁਣ ਫੌਜ ਨੂੰ ਵਧਾਉਣਾ ਘਟਾਉਣਾ ਜਾਂ ਕਿਸੇ ਹੋਰ ਪਾਸੇ ਲੈ ਕੇ ਜਾਣਾ ਤੇ ਉਹਦੇ ਲਈ ਅੰਗਰੇਜ਼ੀ ਸਰਕਾਰ ਦੇ ਕੋਲੋਂ ਇਹ ਉਹਨਾਂ ਦੇ ਕੋਲੋਂ ਸਾਰੀ ਮਦਦ ਲੈਣੀ ਜਾਂ ਉਹਨਾਂ ਕੋਲੋਂ ਸਾਰੀ ਆਗਿਆ ਲੈਣੀ ਬਹੁਤ ਜ਼ਰੂਰੀ ਹੋਵੇਗੀ, ਆਪਣੀ ਮਰਜ਼ੀ ਨਾਲ ਕੁਝ ਵੀ ਨਹੀਂ ਕਰ ਸਕਦੇ, ਇਸ ਤੋਂ ਵਧੀਕ ਫੌਜ ਨਹੀਂ ਵਧਾ ਸਕਦੇ। ਅਗਲੀ ਸ਼ਰਤ ਇਹ ਲਿਖੀ ਗਈ ਅੰਗਰੇਜ਼ਾਂ ਵੱਲੋਂ ਅੰਗਰੇਜ਼ ਸਰਕਾਰ ਵੱਲੋਂ ਜਿਹੜੀਆਂ ਅੱਜ ਤੱਕ ਤੋਪਾਂ ਅਸੀਂ ਜੰਗ ਦੇ ਮੈਦਾਨ ਵਿਚੋਂ ਹਾਸਲ ਕਰ ਲਈਆਂ ਉਨ੍ਹਾਂ ਉੱਤੇ ਤਾਂ ਯਕੀਨਨ ਸਾਡਾ ਕਬਜ਼ਾ ਹੈ ਹੀ, ਪਰ ਖਾਲਸਾ ਰਾਜ ਦੇ ਕੋਲ ਹਜੇ ਉਹ 36 ਤੋਪਾਂ ਬਾਕੀ ਉਹ ਨੇ ਜਿਹੜੀਆਂ ਇਨ੍ਹਾਂ ਨੇ ਜੰਗ ਦੇ ਮੈਦਾਨ ਵਿਚ ਤਾਂ ਵਰਤੀਆਂ ਪਰ ਉਹ ਸਾਡੇ ਕਿਸੇ ਤਰੀਕੇ ਹੱਥ ਨਹੀਂ ਆ ਸਕੀਆਂ, ਤੇ ਅੱਜ ਤੋਂ ਬਾਅਦ ਉਹ 36 ਤੋਪਾਂ ਵੀ ਸਰਕਾਰੀ ਜਾਂ ਅੰਗਰੇਜ਼ੀ ਸਰਕਾਰ ਕੋਲ ਜਮ੍ਹਾਂ ਕਰਵਾਉਣੀਆਂ ਹੋਣਗੀਆਂ, ਉਨ੍ਹਾਂ ਦੇ ਉੱਤੇ ਜਿਹੜਾ ਹੱਕ ਹੈ ਉਹ ਸਰਕਾਰੀ ਇਸ ਅੰਗਰੇਜ਼ੀ ਸਰਕਾਰ ਦਾ ਹੋਵੇਗਾ, ਅੱਜ ਤੋਂ ਬਾਅਦ ਇਹ ਖਾਲਸਾ ਰਾਜ ਲਈ ਕਦੇ ਨਹੀਂ ਵਰਤੀਆਂ ਜਾਣਗੀਆਂ। ਅਗਲਾ ਇਹਦਨਾਮੇ ਦੀ ਸ਼ਰਤ ਇਹ ਲਿਖੀ ਗਈ ਚੌਥੀ, ਅੰਗਰੇਜ਼ ਸਰਕਾਰ ਜਿਹੜੀ ਹੈ ਉਹ ਇਸ ਇਲਾਕੇ ਵਿਚੋਂ ਜਦੋਂ ਵੀ ਕਦੇ ਲੰਘਣਾ ਚਾਹੇ ਤਾਂ ਪੰਜਾਬ ਦੀ ਧਰਤੀ ਦੇ ਉੱਤੇ ਜਾਂ ਮਹਾਰਾਜਾ ਦਲੀਪ ਸਿੰਘ ਦੀ ਇਸ ਰਾਜ ਭਾਗ ਦੀ ਇਸ ਜ਼ਮੀਨ ਜਾਇਦਾਦ ਵਿਚੋਂ ਉਹ ਜਦੋਂ ਜੀ ਚਾਹੁਣ ਤੇ ਲੰਘ ਸਕਣ,
ਉਹਨਾਂ ਨੂੰ ਕਿਸੇ ਕੋਲੋਂ ਆਗਿਆ ਲੈਣ ਦੀ ਜ਼ਰੂਰਤ ਨਾ ਹੋਵੇ, ਉਹਨਾਂ ਨੂੰ ਕੋਈ ਅਟਕਾਰ ਨਹੀਂ ਪਾ ਸਕਦਾ, ਉਹਨਾਂ ਦੀ ਜਾਨੀ ਮਾਲੀ ਨੁਕਸਾਨ ਦਾ ਇਹ ਆਪ ਖੁਦ ਜ਼ਿੰਮੇਵਾਰ ਹੋਣਗੇ। ਭਾਵ ਕਹਿਣ ਤੋਂ ਅਸੀਂ ਆਪਣੀ ਮਰਜ਼ੀ ਕਰ ਸਕਦੇ ਹਾਂ। ਪੰਜਵੀਂ ਸ਼ਰਤ ਇਹ ਲਿਖੀ ਗਈ ਭਈ ਲਾਹੌਰ ਦਰਬਾਰ ਦੇ ਵਿਚ ਜੇ ਕਿਸੇ ਨੇ ਕਿਸੇ ਯੂਰਪ ਦੇ ਬੰਦੇ ਨੂੰ ਨੌਕਰੀ ਰੱਖਣਾ ਹੋਇਆ ਤਾਂ ਬਹੁਤ ਜ਼ਰੂਰੀ ਹੋਵੇਗਾ ਭਈ ਇਹਦੀ ਮਨਜ਼ੂਰੀ ਉਹਨਾਂ ਨੂੰ ਅੰਗਰੇਜ਼ੀ ਸਰਕਾਰ ਕੋਲ ਲੈਣੀ ਹੋਵੇਗੀ। ਆਪਣੀ ਮਨਮਰਜ਼ੀ ਦੇ ਦਿਨ ਤੁਹਾਡੇ ਖਤਮ ਹੋ ਗਏ ਨੇ, ਹੁਣ ਤੁਹਾਨੂੰ ਕਿਸੇ ਦੇ ਅਧੀਨ ਹੋ ਕੇ ਹੀ ਅਸਲ ਵਿਚ ਆਪਣੀ ਜ਼ਿੰਦਗੀ ਦੇ ਦਿਨ ਗੁਜ਼ਾਰਨੇ ਨੇ। ਛੇਵੀਂ ਸ਼ਰਤ ਇਹ ਲਿਖੀ ਗਈ ਸੀ ਲਾਹੌਰ ਦਰਬਾਰ ਦੇ ਵਿਚ ਚੰਗਾ ਮਾਹੌਲ ਪੈਦਾ ਕਰਨ ਵਾਸਤੇ ਅਸੀਂ ਇਕ ਵਿਚ ਵਿਚੋਲਾ ਰੱਖਿਆ। ਉਹ ਵਿਚੋਲਾ ਅਸਲ ਵਿਚ ਖੁਦ ਮੁਖਤਿਆਰ ਹੈ, ਉਹ ਗੁਲਾਬ ਸਿੰਘ ਹੈ ਜਿਹੜਾ ਜੰਮੂ ਦਾ ਖੁਦ ਮੁਖਤਿਆਰ ਹੈ। ਇਸ ਵੇਲੇ ਆਪਾਂ ਤਿੰਨ ਰਾਜੇ ਇਕੱਠੇ ਹੋ ਗਏ, ਇੱਕ ਖਾਲਸਾ ਦਰਬਾਰ ਦਾ ਰਾਜ, ਦੂਜਾ ਅੰਗਰੇਜ਼ਾਂ ਦਾ ਰਾਜ, ਅੰਗਰੇਜ਼ਾਂ ਦਾ ਰਾਜ ਤੇ ਖਾਲਸੇ ਦਾ ਰਾਜ, ਇਹਦੇ ਦਰਮਿਆਨ ਇੱਕ ਵਿਚੋਲਗਿਰੀ ਕਰਨ ਵਾਸਤੇ ਗੁਲਾਬ ਸਿੰਘ ਡੋਗਰਾ ਰੱਖਿਆ ਗਿਆ ਜਿਹੜਾ ਖੁਦ ਮੁਖਤਿਆਰ ਹੈ। ਉਸ ਤੋਂ ਅਗਲੀ ਸ਼ਰਤ ਜਿਹੜੀ ਸੱਤਵੀਂ ਰੱਖੀ ਗਈ ਸੀ ਉਹ ਇਹ ਰੱਖੀ ਗਈ ਸੀ ਭਈ ਇਸ ਲਾਹੌਰ ਦਰਬਾਰ ਦੇ ਵਿਚ ਅੰਗਰੇਜ਼ ਸਰਕਾਰ ਦਾ ਕੁਝ ਇੱਕ ਹਿੱਸਾ ਫੌਜ ਦਾ ਇੱਥੇ ਰਹੇਗਾ ਔਰ ਉਹ ਇੱਕ ਸਾਲ ਵਾਸਤੇ ਰਹੇਗਾ। ਹੈਰਾਨੀ ਦੀ ਗੱਲ ਇਹ ਹੈ ਭਈ ਉਹ ਅਸੀਂ ਹਾਲਾਤ ਸੁਖਾਵੇਂ ਕਰਨ ਵਾਸਤੇ ਛੱਡ ਕੇ ਜਾਵਾਂਗੇ ਪਰ ਉਹਦਾ ਜਿਤਨਾ ਵੀ ਖਰਚ ਹੈ ਉਹ ਲਾਹੌਰ ਦਰਬਾਰ ਭਾਵ ਖਾਲਸਾ ਦਰਬਾਰ ਦੇਵੇਗਾ। ਇਹ ਗੋਰਿਆਂ ਦੀ ਫੌਜ ਰਹੇਗੀ ਪਰ ਇਹਦਾ ਖਰਚ ਲਾਹੌਰ ਦਰਬਾਰ ਦੇਵੇਗਾ। ਇਹਦੇ ਦਰਮਿਆਨ ਇੱਕ ਸ਼ਰਤ ਇਹ ਵੀ ਲਿਖੀ ਗਈ ਸੀ ਅੱਠਵੀਂ ਭਈ ਲਾਹੌਰ ਦਰਬਾਰ ਨੇ ਜਿਹੜਾ ਇਹ ਜੰਗ ਦਾ ਖਰਚਾ ਹੈ ਉਹ ਅਸਲ ਵਿਚ 1.5 ਕਰੋੜ ਰੁਪਇਆ ਪਾਇਆ ਸੀ। ਪਰ ਤੁਹਾਨੂੰ ਚੇਤੇ ਹੋਵੇਗਾ ਜੇ ਤੁਸੀਂ ਪਿੱਛੇ ਧਿਆਨ ਨਾਲ ਸੁਣਿਆ ਹੋਵੇਗਾ ਗੁਲਾਬ ਸਿੰਘ ਡੋਗਰਾ ਪਾਪੀ ਸੁਚੇਤ ਸਿੰਘ ਡੋਗਰਾ ਇਹਨਾਂ ਦਾ ਵਿਚਲਾ ਭਰਾ ਧਿਆਨ ਸਿੰਘ ਡੋਗਰਾ ਤੇ ਧਿਆਨ ਸਿੰਘ ਡੋਗਰੇ ਦਾ ਪੁੱਤਰ ਹੀਰਾ ਸਿੰਘ ਡੋਗਰਾ ਇਹਨਾਂ ਨੇ ਦੋਵੇਂ ਹੱਥਾਂ ਨਾਲ ਨਹੀਂ ਰੱਜ ਰੱਜ ਕੇ ਨਹੀਂ ਬਲਕਿ ਗੱਡਿਆਂ ਦੇ ਗੱਡੇ ਭਰ ਕੇ ਤੇ ਹਾਥੀਆਂ ਦੇ ਹਾਥੀ ਭਰ ਕੇ ਖਾਲਸਾ ਦਰਬਾਰ ਦੇ ਖਜ਼ਾਨੇ ਨੂੰ ਲੁੱਟਿਆ ਸੀ। ਹੁਣ ਅੰਗਰੇਜ਼ਾਂ ਦੀ ਇਸ ਜੰਗ ਦੇ ਹਰਜ਼ਾਨੇ ਵਜੋਂ 1.5 ਕਰੋੜ ਰੁਪਇਆ ਭਰ ਦੇਣ ਦੀ ਹਿੰਮਤ ਹੁਣ ਲਾਹੌਰ ਦਰਬਾਰ ਦੇ ਵਿਚ ਭਾਵ ਖਾਲਸਾ ਦਰਬਾਰ ਦੇ ਵਿਚ ਨਹੀਂ ਸੀ। ਜਿਹਦਾ ਕਾਰਨ ਕੀ ਬਣਿਆ, ਇੱਕੋ ਹੀ ਤਾਸ਼ ਦੇ ਪੱਤੇ ਨਾਲ ਦੋ ਗੇਮਾਂ ਖੇਡਣ ਵਾਲੇ ਗੋਰਿਆਂ ਨੇ ਇਹ ਕੀਤਾ। ਪਹਿਲੀ ਗੱਲ ਇਹ ਕੀਤੀ ਵੀ ਉਹਨਾਂ ਨੂੰ ਡੋਗਰੇ ਗੁਲਾਬ ਸਿੰਘ ਨੂੰ ਉਹਨੂੰ ਕੀਤੀ ਹੋਈ ਗਦਾਰੀ ਦਾ ਮੁੱਲ ਦੇਣ ਵਾਸਤੇ ਪਹਿਲਾ ਕੰਮ ਇਹ ਕੀਤਾ, ਨਾਲ ਹੀ ਉਹਨੂੰ ਜੰਮੂ ਦਾ ਖੁਦ ਮੁਖਤਿਆਰ ਰਾਜਾ ਬਣਾ ਦਿੱਤਾ ਤੇ ਜਿਹੜਾ ਰਾਜ ਉਹਨੂੰ ਦਿੱਤਾ ਇਹਨਾਂ ਨੇ ਪ੍ਰਗਟ ਕੀਤਾ ਭਈ ਅਸੀਂ ਇਹ ਅੰਗਰੇਜ਼ ਸਰਕਾਰ ਨੇ ਉਹਨਾਂ ਨੂੰ 68 ਲੱਖ ਰੁਪਈਏ ਵਿਚ ਵੇਚਿਆ। ਜੇ ਉਹ ਪੈਸੇ ਲਏ ਵੀ ਨੇ, ਡਾਕਟਰ ਹਰਜਿੰਦਰ ਸਿੰਘ ਦਲਗੀਰ ਦੀ ਲਿਖਤ ਹੈ ਬੜੀ ਪਿਆਰੀ, ਜੇ ਉਹ ਪੈਸੇ ਲਏ ਵੀ ਨੇ ਮੰਨ ਲਓ ਤਾਂ ਉਹ ਲਏ ਤਾਂ ਖਾਲਸਾ ਦਰਬਾਰ ਦੇ ਹੀ ਨੇ ਕਿਉਂਕਿ ਮਹਾਰਾਣੀ ਚੰਦ ਕੌਰ ਦਾ ਬੇਅੰਤ ਖਜ਼ਾਨਾ ਜਿਹੜਾ 80 ਲੱਖ ਤੋਂ 1 ਕਰੋੜ ਰੁਪਈਏ ਦੇ ਵਿਚ ਸੀ ਉਹ ਪਾਪੀ ਡੋਗਰਾ ਗੁਲਾਬ ਸਿੰਘ ਤਾਂ ਲੈ ਕੇ ਗਿਆ ਸੀ। ਉਹਦੇ ਵਿਚੋਂ 68 ਲੱਖ ਰੁਪਈਏ ਦੇ ਵੀ ਦਿੱਤੇ ਹੋਣਗੇ, ਉੱਥੇ ਖਾਲਸਾ ਰਾਜ ਦਾ ਪੈਸਾ ਹੀ ਖਾਲਸਾ ਰਾਜ ਦਾ ਅੰਗਰੇਜ਼ ਸਰਕਾਰ ਨੂੰ ਮੋੜ ਕੇ। ਹੈਰਾਨੀ ਦੀ ਗੱਲ ਹੈ, ਪੈਸੇ ਵੀ ਸਾਡੇ, ਬਰਬਾਦੀ ਵੀ ਸਾਡੀ, ਹੁਕਮ ਵੀ ਸਾਡੇ ਉੱਤੇ, ਗੁਲਾਮੀ ਵੀ ਸਾਡੀ, ਸਾਰਾ ਕੁਝ ਸਾਡੇ ਹੀ ਤੇ ਪਿਆ। ਕਾਰਨ ਸਿਰਫ ਇੱਕੋ ਇੱਕ ਵਾਰ ਵਾਰ ਦਾਸ ਤੁਹਾਡੇ ਨਾਲ ਸਾਂਝਾ ਕਰਦਾ ਆ ਰਿਹਾ ਪਿਛਲੇ ਦੇ ਦਿਨਾਂ ਤੋਂ, ਸਾਡੀ ਇਹ ਅੱਖ ਦਾ ਦੁੱਖ ਹੈ ਪਿਆਰ ਵਾਲਿਓ। ਕਿਤੇ ਵਕਤ ਹੁੰਦਾ ਇਸ ਗੱਲ ਨੂੰ ਪਹਿਚਾਣਿਆ ਹੋਇਆ ਹੁੰਦਾ ਇਹਨਾਂ ਪਾਪੀ ਡੋਗਰੀਆਂ ਨੂੰ, ਕਿਤੇ ਉਹ ਮਹਾਰਾਜਾ ਰਣਜੀਤ ਸਿੰਘ 3 ਰੁਪਈਏ ਤੇ ਫੌਜੀ ਭਰਤੀ ਹੋਣ ਵਾਲਿਆਂ ਨੂੰ ਉਹ 3 ਕੁ ਰੁਪਈਏ ਤੇ ਹੀ ਰੱਖਦਾ, ਸ਼ਾਇਦ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਨੂੰ ਵੀ ਉਹ ਲਹੂ ਦੀ ਨਦੀ ਤਰਕੇ ਨਾ ਜਾਣੀ ਪੈਂਦੀ, ਜਾਂ ਇਹਨਾਂ ਯੋਧਿਆਂ ਨੂੰ ਆਪਣੇ ਲਹੂ ਦੇ ਨਾਲ ਉਹਨਾਂ ਜ਼ਾਲਮਾਂ ਦੀਆਂ ਤਲਵਾਰਾਂ ਦੇ ਉਹਨਾਂ ਦੇ ਮੂੰਹ ਨਾਲ ਰੰਗਣੇ ਪੈਂਦੇ, ਸ਼ਾਇਦ ਇਤਿਹਾਸਕ ਪੰਨੇ ਹੀ ਕੁਝ ਹੋਰ ਹੁੰਦੇ, ਸ਼ਾਇਦ ਜਿਵੇਂ ਇਹ ਗੋਰੇ ਕੱਲ ਮਿੱਤਰਤਾ ਰੱਖਦੇ ਸਨ
ਤੇ ਆਕਿਸ਼ਾਨੀ ਭਰਦੇ ਸਨ। ਇਹੋ ਜਿਹਾ ਹੀ ਵਕਤ ਆਉਂਦਾ ਦੁਨੀਆਂ ਦੇ ਬਾਕੀ ਖਿੱਤਿਆਂ ਵਿਚ ਭਾਵੇਂ ਇਹਨਾਂ ਦਾ ਰਾਜ ਹੋ ਜਾਂਦਾ, ਪਰ ਸਰਦਾਰਾਂ ਦਾ ਰਾਜ, ਖਾਲਸਾ ਰਾਜ ਕਦੇ ਖਤਮ ਨਹੀਂ ਸੀ ਹੋ ਸਕਦਾ ਜੇ ਕਿਤੇ ਇਹਨਾਂ ਨੂੰ ਪਹਿਲਾਂ ਪਹਿਚਾਣ ਕੇ ਜਾਂ ਰਾਜ ਦੇ ਚੰਗੇ ਫਰਜ਼ਾਂ ਨੂੰ ਨਿਭਾਇਆ ਹੁੰਦਾ। ਖੈਰ, ਬੀਤੇ ਉੱਤੇ ਪਛਤਾਉਣੇ ਤੋਂ ਬਿਨਾਂ ਹੋਰ ਕੁਛ ਵੀ ਪੱਲੇ ਨਹੀਂ ਪਿਆ ਕਰਦਾ। ਇਹ ਵੀ ਇਸ ਕਾਰਨ ਕਰਕੇ ਇਹਨਾਂ ਨੇ ਉਸ ਡੋਗਰੇ ਗੁਲਾਬ ਸਿੰਘ ਨੂੰ ਉਥੋਂ ਦਾ ਰਾਜਾ ਬਣਾ ਦਿੱਤਾ। ਇਹ ਕੁਝ 8 ਅਹਿਮ ਨੁਕਤੇ ਸਨ ਜਿਹੜੇ ਉਸ ਵੇਲੇ ਅਹਿਦਨਾਮੇ ਦੇ ਤੌਰ ਤੇ ਲਿਖੇ ਗਏ। ਭਾਵੇਂ ਇਹ ਅਹਿਦਨਾਮਾ ਥੋੜੇ ਚਿਰਾਂ ਬਾਅਦ ਹੀ ਰਿਹਾ, ਇਹਦੇ ਵਿੱਚੋਂ ਇੱਕ ਆਪਾਂ ਗੱਲ ਹੋਰ ਕਰ ਲਈਏ ਤਾਂ ਕਿ ਅਗਲੀ ਗੱਲ ਸਮਝਣੀ ਸੌਖੀ ਹੋ ਜਾਏ। ਉਹਨਾਂ ਨੇ ਬਾਕੀ ਗਦਾਰਾਂ ਨੂੰ ਵੀ ਉਹਨਾਂ ਦੀ ਗਦਾਰੀ ਦਾ ਮੁੱਲ ਦੇਣ ਵਾਸਤੇ ਇੱਕ ਤਾਂ ਇਹ ਕੀਤਾ ਵੀ ਗੁਲਾਬ ਸਿੰਘ ਭਾਵੇਂ ਚਾਹਤ ਇਹ ਰੱਖਦਾ ਸੀ ਮੈਂ ਹੁਣ ਵੀ ਉਸ ਲਾਹੌਰ ਦਰਬਾਰ ਦਾ ਵਜ਼ੀਰ ਬਣਾ, ਪਰ ਗੋਰਿਆਂ ਨੇ ਲਾਲ ਸਿੰਘ ਨੂੰ ਵੀ ਇਲਾਰਾ ਲਾਇਆ ਹੋਇਆ ਸੀ, ਜਿਹਦੇ ਕਾਰਨ ਕਰਕੇ ਉਹਨਾਂ ਨੇ ਡੋਗਰੇ ਗੁਲਾਬ ਸਿੰਘ ਨੂੰ ਤਾਂ ਉਥੋਂ ਦਾ ਖੁਦ ਮੁਖਤਿਆਰ ਰਾਜਾ ਬਣਾ ਦਿੱਤਾ, ਲਾਹੌਰ ਦਰਬਾਰ ਖਾਲੀ ਕਰ ਲਿਆ। ਲਾਹੌਰ ਦਰਬਾਰ ਦੇ ਵਿੱਚ ਉਹਨਾਂ ਨੇ ਲਾਲ ਸਿੰਘ ਨੂੰ ਮੁੱਖ ਮੰਤਰੀ ਅਤੇ ਨਾਲ ਹੀ ਤੇਜਾ ਸਿੰਘ ਨੂੰ ਫੌਜਾਂ ਦਾ ਸੈਨਾਪਤੀ ਬਣਾ ਦਿੱਤਾ। ਹੁਣ ਇਹਦੇ ਦਰਮਿਆਨ ਲਾਲ ਸਿੰਘ ਨੇ ਇੱਕ ਪਾਸੇ ਉਹ ਵਜ਼ੀਰ ਬਣ ਗਿਆ, ਇੱਕ ਪਾਸੇ ਉਹ ਮੁੱਖ ਮੰਤਰੀ ਬਣ ਗਿਆ, ਦੂਜੇ ਪਾਸੇ ਜਿਨ੍ਹਾਂ ਦੇ ਖੂਨ ਵਿੱਚ ਗਦਾਰੀ ਟਿੱਕੀ ਹੋਈ ਹੋਵੇ ਨਾ, ਉਹ ਆਪਣੀ ਗੱਲ ਤੋਂ ਵਾਪਸ ਨਹੀਂ ਆਉਂਦੇ, ਵਾਪਸ ਨਹੀਂ ਮੁੜਦੇ। ਤੇ ਇਸੇ ਤਰ੍ਹਾਂ ਇਹ ਗਦਾਰ ਪਾਪੀ ਨੇ ਇੱਕ ਹੋਰ ਗਦਾਰੀ ਕਰਨ ਦੀ ਕੋਸ਼ਿਸ਼ ਕੀਤੀ। ਹੁਣ ਦੇਖੋ ਇਤਿਹਾਸ ਦੇ ਨੁਕਤੇ ਨੂੰ, ਪਿੱਛੇ ਵੀ ਦੱਸ ਤੁਹਾਡੇ ਨਾਲ ਸਾਂਝੇ ਕਰਦਾ ਆ ਰਿਹਾ ਹੈ। ਹੈਰਾਨੀ ਦੀ ਗੱਲ ਹੈ, ਹੈਨਰੀ ਵਰਗਿਆਂ ਨੇ ਜਦੋਂ ਕਦੇ ਜੰਗ ਦੇ ਮੈਦਾਨਾਂ ਵਿੱਚ ਲੋੜ ਪਈ ਤਾਂ ਜਿੱਥੇ ਸਾਡੇ ਗਦਾਰੀਆਂ ਕਰ ਰਹੇ ਸਨ ਉਹ ਆਪਣੇ ਮੈਡਲ ਲਾ ਕੇ ਆਪਣੀ ਫੌਜ ਲਈ ਮਰ ਮਿਟਣ ਲਈ ਤਿਆਰ ਸਨ। ਦੂਜੇ ਪਾਸੇ ਹੁਣ ਇੱਕ ਝਲਕ ਹੋਰ ਦੇਖਿਓ ਜੇ ਕਿਤਨੀ ਗਹਿਰੀ ਪਛਾਣ ਹੈ ਉਹਨਾਂ ਲੋਕਾਂ ਦੀ। ਲਾਲ ਸਿੰਘ ਨੇ ਇੱਕ ਕੰਮ ਕੀਤਾ ਸੀ ਵਜ਼ੀਰੇ ਆਲਾ ਮੁੱਖ ਮੰਤਰੀ ਬਣ ਕੇ, ਇਧਰਲੇ ਪਾਸੇ ਗੋਰਿਆਂ ਨੂੰ ਹਾਰਡਿੰਗ ਨੇ ਗੁਲਾਬ ਸਿੰਘ ਡੋਗਰੇ ਨੂੰ ਥਾਪੜਾ ਦੇ ਕੇ ਜੰਮੂ ਦਾ ਖੁਦ ਮੁਖਤਿਆਰ ਰਾਜਾ ਬਣਾਉਣ ਵਾਸਤੇ ਭੇਜਿਆ। ਇੱਕ ਪਾਸੇ ਡੋਗਰਾ ਜਾ ਰਿਹਾ ਹੈ, ਦੂਜੇ ਪਾਸੇ ਲਾਲ ਸਿੰਘ ਨੇ ਇਮਾਮੂਦੀਨ ਨੂੰ, ਹਾਲਾਂਕਿ ਪਿੱਛੇ ਮੇਰੇ ਕੋਲ ਨਾ ਗਲਤ ਬੋਲਿਆ ਗਿਆ ਕਿਉਂਕਿ ਕਈ ਵਾਰੀ ਗਲਤੀ ਲੱਗ ਵੀ ਸਕਦੀ ਹੈ, ਕਈ ਡੇਟਾਂ ਦੀ ਜਾਂ ਕਈ ਵਾਰੀ ਕਿਸੇ ਨਾਮਾਂ ਦੀ ਗਲਤੀ ਵੀ ਲੱਗ ਸਕਦੀ, ਮੈਂ ਇਸ ਗੱਲੋਂ ਖਿਮਾ ਮੰਗਦਾ ਸਿੱਖ ਜਗਤ ਕੋਲੋਂ। ਇਮਾਮੂਦੀਨ ਨੂੰ ਇੱਕ ਚਿੱਠੀ ਲਿਖੀ ਭਈ ਗੁਲਾਬ ਸਿੰਘ ਡੋਗਰਾ ਜੰਮੂ ਦੇ ਇਲਾਕੇ ਵਿੱਚ ਆਪਣਾ ਕਬਜ਼ਾ ਕਰਨ ਵਾਸਤੇ ਆ ਰਿਹਾ ਗੋਰੇ ਦਾ ਥਾਪੜਾ ਲੈ ਕੇ। ਇਮਾਮੂਦੀਨ ਤੂੰ ਮੇਰਾ ਦੋਸਤ ਹੈ ਤੇ ਮੈਂ ਤੈਨੂੰ ਇੱਕ ਚਿੱਠੀ ਲਿਖ ਕੇ ਆਪਣੇ ਦਿਲ ਦਾ ਦਰਦ ਸਾਂਝਾ ਕਰ ਰਿਹਾ, ਤੂੰ ਇਸ ਤਰ੍ਹਾਂ ਇਸ ਗੋਰੇ ਨੂੰ ਇਤਨਾ ਵੱਡਾ ਮੁੱਲ ਗਦਾਰੀ ਦਾ, ਅਸੀਂ ਵੀ ਗਦਾਰੀਆਂ ਕੀਤੀਆਂ ਨੇ ਪਰ ਸਾਨੂੰ ਇੱਕ ਨੌਕਰੀ ਦਾ ਅਹੁਦਾ ਮਿਲਿਆ, ਜੋ ਕੁਝ ਇਹਨੂੰ ਮਿਲਿਆ ਉਹ ਸਾਡੇ ਤੋਂ ਕਿਤੇ ਵਧੀਕ ਹੈ, ਇਸ ਲਈ ਤੂੰ ਕੋਸ਼ਿਸ਼ ਕਰਨੀ ਹੈ ਵੀ ਇਹਨਾਂ ਨੂੰ ਕਬਜ਼ਾ ਨਹੀਂ ਕਰਨ ਦੇਣਾ। ਇਮਾਮੂਦੀਨ ਨੇ ਵਿਰੋਧ ਕੀਤਾ, ਖੈਰ ਉਹ ਪਕੜਿਆ ਗਿਆ, ਉਹਨੂੰ ਗੋਰਿਆਂ ਦੇ ਜਦੋਂ ਪੇਸ਼ ਕੀਤਾ ਗਿਆ ਵੀ ਤੇਰੇ ਵਿੱਚ ਕੀ ਤਾਕਤ ਸੀ ਤੂੰ ਇਸ ਗੁਲਾਬ ਸਿੰਘ ਡੋਗਰੇ ਦਾ ਮੁਕਾਬਲਾ ਕਰਦਾ, ਤਾਂ ਇਮਾਮੂਦੀਨ ਨੇ ਜਿੱਥੇ ਆਪਣੀ ਸਫਾਈ ਪੇਸ਼ ਕੀਤੀ ਉੱਥੇ ਨਾਲ ਹੀ ਇੱਕ ਲਾਲ ਸਿੰਘ ਦੀ ਲਿਖੀ ਚਿੱਠੀ ਵੀ ਪੇਸ਼ ਕਰ ਦਿੱਤੀ। ਇਸ ਗੱਲ ਦਾ ਪਤਾ ਲੱਗਿਆ ਗੋਰਿਆਂ ਨੂੰ, ਉਹਨਾਂ ਨੇ ਉਸੇ ਵੇਲੇ ਇਹਨੂੰ ਸਾਰੇ ਜਿਤਨੇ ਵੀ ਸਰਕਾਰੀ ਖਰਚੇ ਸਨ ਉਹਦੀਆਂ ਮਦਦ ਕਰਨ ਦੇ ਢੰਗ ਸਨ ਉਹ ਸਾਰੇ ਬੰਦ ਕਰਕੇ ਇਹਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਵੀ ਲਾ ਕੇ ਆਖਿਰਕਾਰ ਇਹਨਾਂ ਨੇ ਉੱਥੋਂ ਭੇਜ ਦਿੱਤਾ, ਦੇਹਰਾਦੂਨ ਦੇ ਇਲਾਕੇ ਵਿੱਚ ਪਾਪ ਵਤਨੋਂ ਕੱਢ ਦਿੱਤਾ। ਵੈਸੇ ਤਾਂ ਗੱਲ ਠੀਕ ਹੈ ਨਾ, ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮਥਨ ਮਧਾਣੀਆਂ ਤਿਉਂ ਮੱਥੇ ਧਰਮ ਰਾਏ। ਜਦੋਂ ਕਦੇ ਬੰਦਾ ਪਾਪ ਦੀ ਦੁਨੀਆਂ ਵਿੱਚ ਗਰਕਦਾ, ਲੋਕਾਂ ਨੂੰ ਇਹੋ ਜਿਹੇ ਧੋਖੇ ਦੇਣ ਵਾਲਾ ਆਖਿਰਕਾਰ ਤੇ ਇੱਕ ਦਿਨ ਆਪ ਵੀ ਧੋਖਾ ਖਾਂਦਾ ਹੈ ਨਾ। ਇਹੋ ਜਿਹੇ ਕੀਤੇ ਹੋਏ ਕਰਮਾਂ ਦਾ ਸਾਰੀ ਜ਼ਿੰਦਗੀ ਆਪਣੀ ਜੀਵਨ ਦੀ ਚਾਦਰ ਨੂੰ ਇਹੋ ਜਿਹੇ ਗਦਾਰੀ ਦੇ ਦਾਗ ਲਾ ਲਾ ਕੇ ਮੈਲੀ ਕਰ ਲਿਆ,
ਖੱਟਿਆ ਕੀ ਪਾਪੀਆ, ਤੂੰ ਇੱਕ 2500 ਰੁਪਏ ਦੀ ਪੈਨਸ਼ਨ ਲੈ ਕੇ ਸਿਰਫ ਇੱਥੇ ਜਾ ਕੇ ਇਸ ਦੇਹਰਾਦੂਨ ਦੇ ਇਲਾਕੇ ਵਿਚ ਲੁੱਝ ਲੁੱਝ ਕੇ ਮਰ ਗਿਆ, ਲੋਕਾਂ ਕਿਸੇ ਮੁੱਖ ਨਾ ਲਾਇਆ। ਕਹਿਣ ਤੋਂ ਮੁਰਾਦ ਇਹਨੂੰ ਕੱਢ ਦਿੱਤਾ ਗਿਆ, ਗੋਰਿਆਂ ਉਸੇ ਵੇਲੇ ਪਛਾਣ ਲਿਆ ਜਿਹਨੇ ਆਪਣਿਆਂ ਨਾਲ ਗਦਾਰੀ ਕੀਤੀ ਸੀ, ਸਾਡਾ ਵਫ਼ਾਦਾਰ ਹੋਣ ਦਾ ਦਾਅਵਾ ਬੰਨਦਾ ਸੀ। ਪਰ ਖਿਆਲ ਕਰਿਓ, ਗੁਰਬਾਣੀ ਦੇ ਫੈਸਲੇ ਬੜੇ ਅਟਲ ਨੇ। ਜਿਉਂ ਕੁੱਕਰ ਹਰਕਾਇਆ ਤਾਵੇਂ ਦਹਿੰਦ ਸਜਾਏ, ਲੋਭੀ ਜੰਤ ਨਾ ਜਾਣੀ ਪੱਖ ਅਪੱਖ ਸਭ ਖਾਏ। ਹਲਕੇ ਹੋਏ ਕੁੱਤੇ ਦੀ ਬਸ ਇੱਕੋ ਹੀ ਤਾਂ ਗੱਲ ਹੈ, ਉਹ ਆਪਣੇ ਤੇ ਬੇਗਾਨੇ ਦੀ ਪਛਾਣ ਛੱਡ ਦਿੰਦਾ। ਉਹ ਜਦੋਂ ਵੀ ਕਦੇ ਵੱਢਣ ਲੱਗਵੇ, ਉਹ ਆਪਣਿਆਂ ਤੇ ਬੇਗਾਨਿਆਂ ਨੂੰ ਇੱਕੋ ਜਿਹਾ ਵੱਢਣ ਲੱਗ ਪੈਂਦਾ। ਉਸੇ ਦਿਨ ਸਿਆਣਾ ਮਾਲਕ ਜਿਹੜਾ ਰੋਜ਼ ਕੁੱਤੇ ਨੂੰ ਪਿਆਰ ਕਰਦਾ, ਜਿਹੜਾ ਰੋਜ਼ ਕੁੱਤੇ ਨੂੰ ਰੋਟੀ ਦਿੰਦਾ, ਜਿਹੜਾ ਰੋਜ਼ ਕੁੱਤੇ ਨੂੰ ਪਾਣੀ ਪਿਲਾਉਂਦਾ, ਪਰ ਉਸ ਦਿਨ ਉਹ ਆਪਣੇ ਹੱਥ ਨਾਲ ਆਪ ਕੁੱਤੇ ਨੂੰ ਗੋਲੀ ਮਾਰਨ ਤੇ ਤਿਆਰ ਹੋ ਜਾਂਦਾ। ਹੁਣ ਤੈਨੂੰ ਮੈਂ ਘਰ ਵਿਚ ਨਹੀਂ ਰੱਖ ਸਕਦਾ, ਕਿਉਂਕਿ ਤੇਰੀ ਬਿਰਤੀ ਨੇ ਚੰਗੇ ਤੇ ਮੰਦੇ ਦੀ ਪਛਾਣ ਕਰਨੀ ਛੱਡ ਦਿੱਤੀ। ਇਸ ਗੱਲੋਂ ਗੋਰਿਆਂ ਦਾ ਤਾਂ ਦੇਖੋ, ਉਹਨਾਂ ਦਾ ਜਿਹੜਾ ਗੁਣ ਹੈ ਉਹਦੀ ਤਾਰੀਫ ਕਰਨੀ ਚਾਹੀਦੀ ਹੈ। ਇੱਕ ਵਾਰੀ ਲਾਲਸੀ ਉਹਨੇ ਗਦਾਰੀ ਕੀਤੀ, ਉਹਨੇ ਕੱਢ ਕੇ ਬਾਹਰ ਮਾਰਿਆ, ਕਹਿਣ ਲੱਗੇ ਪਾਪੀਆ ਤੇਰੇ ਵਰਗੇ ਬੰਦੇ ਨੂੰ ਅਸੀਂ ਆਪਣੇ ਘਰਾਂ ਦੇ ਵਿਚ ਥਾਂ ਨਹੀਂ ਦਿੰਦੇ, ਲੁੱਝ ਕੇ ਮਰਿਆ। ਦੂਜੇ ਪਾਸੇ ਤੇਜਾ ਸਿੰਘ ਨੂੰ ਸੈਨਾਪਤੀ ਬਣਾਇਆ। ਇਹਦੇ ਦਰਮਿਆਨ ਥੋੜੇ ਜਿਹੇ ਇਤਿਹਾਸਕ ਪੰਨੇ ਅੱਗੇ ਵੇਖੀਏ, ਫਿਰ ਅੱਗੇ ਗੱਲ ਤੋਰਾਂਗੇ। ਇੱਕ ਇਤਿਹਾਸ ਵਿੱਚ ਭਰੋਵਾਲ ਦਾ ਅਹਿਦਨਾਮਾ ਵੀ ਆਉਂਦਾ ਹੈ। ਹੁਣ ਇਹਨਾਂ ਨੇ ਕੀ ਕੀਤਾ ਵੀ ਮੁੱਖ ਮੰਤਰੀ ਦੀ ਥਾਂ ਤਾਂ ਖਾਲੀ ਹੋਗੀ, ਲਾਲ ਸਿੰਘ ਦੀ ਜਗ੍ਹਾ ਤੇ ਕੋਈ ਹੋਰ ਮੁੱਖ ਮੰਤਰੀ ਨਾ ਬਣਾਇਆ। ਇਹਨਾਂ ਨੇ ਇੱਕ ਕੌਂਸਲ ਬਣਾ ਲਈ ਜਿਹਨਾਂ ਨਾਂ ਰੱਖਿਆ ਕੌਂਸਲ ਆਫ ਰੀਜੈਂਸੀ। ਤੇ ਇਹਦੇ ਦਰਮਿਆਨ ਇਹਨਾਂ ਨੇ ਜਿਹੜੇ ਵਿੱਚ ਬੰਦੇ ਪਾਏ, ਤੇਜਾ ਸਿੰਘ, ਦੀਨਾ ਨਾਥ, ਨੂਰਦੀਨ ਫਕੀਰ ਅਤੇ ਨਾਲ ਹੀ ਸ਼ੇਰ ਸਿੰਘ ਅਟਾਰੀ ਵਾਲਾ, ਇਹ ਵੈਸੇ ਵਫ਼ਾਦਾਰ ਹੈ ਬਹੁਤ ਜ਼ਿਆਦਾ, ਅੱਗੇ ਜਾ ਕੇ ਜ਼ਿਕਰ ਆਏਗਾ, ਇਹ ਬੰਦੇ ਵਿੱਚ ਪਾ ਕੇ ਇਹਨਾਂ ਨੇ ਇੱਕ ਕੌਂਸਲ ਬਣਾ ਲਈ। ਤੇ ਇਹ ਕੌਂਸਲ ਦੇ ਕੋਲੋਂ ਕੁਝ ਹੀ ਦਿਨਾਂ ਤੋਂ ਬਾਅਦ ਵਿੱਚ ਇਹਨਾਂ ਨੇ ਇੱਕ ਹੋਰ ਅਹਿਦਨਾਮਾ ਕਰਵਾਇਆ। ਇਹ ਕੌਂਸਲ ਦੇ ਕੋਲੋਂ ਇੱਕ ਅਰਜ਼ ਕਰਵਾ ਦਿੱਤੀ, ਇੱਕ ਰਿਕੁਐਸਟ ਕਰਵਾ ਦਿੱਤੀ ਵੀ ਤੁਸੀਂ ਇੱਕ ਹੋਰ ਅਹਿਦਨਾਮੇ ਦੀ ਸ਼ਰਤ ਤੈਅ ਕਰੋ। ਉਹ ਇਹ ਭਈ ਇਸ ਦੇ ਦਰਮਿਆਨ ਮਹਾਰਾਜਾ ਦਲੀਪ ਸਿੰਘ ਦੀ ਸਰਪ੍ਰਸਤੀ ਤੇ ਉਹਦੀ ਜਿਹੜੀ ਆ ਉਹ ਗੋਰੇ ਸਰਕਾਰ ਦੀ ਹੋਵੇ। ਇੱਕ ਹੋਰ ਕੌਂਸਲ ਦੇ ਭਾਵ ਇੱਕ ਨਵਾਂ ਹੋਰ ਅਹਿਦਨਾਮਾ ਲਿਖਵਾ ਦਿੱਤਾ ਗਿਆ, ਕਿਉਂਕਿ ਮਹਾਰਾਜਾ ਦਲੀਪ ਸਿੰਘ ਦੀ ਇਸ ਵੇਲੇ ਉਮਰ ਜਿਹੜੀ ਹੈ ਉਹ ਕਰੀਬ 18.5 ਸਾਲ, ਮਾਫ ਕਰਨਾ 8.5 ਸਾਲ ਦੀ ਹੈ, 8.5 ਸਾਲ ਦੀ ਉਮਰ ਹੈ ਹਜੇ। ਤੇ ਇਹਨੇ 1854 ਸਨ ਦੇ ਵਿੱਚ ਜਾ ਕੇ 16 ਸਾਲਾਂ ਦਾ ਹੋਣਾ ਹੈ। 16 ਸਾਲਾਂ ਤੱਕ ਦੀ ਜ਼ਿੰਮੇਵਾਰੀ ਗੋਰਿਆਂ ਨੇ ਆਪਣੇ ਹੱਥ ਲੈਣ ਵਾਸਤੇ ਇੱਕ ਨਵੀਂ ਖੇਡ ਖੇਡੀ। ਉਹ ਇਹ ਖੇਡੀ ਭਈ ਜਿਸ ਦਿਨ ਮਹਾਰਾਜਾ ਦਲੀਪ ਸਿੰਘ ਨੂੰ ਤਖ਼ਤ ਤੇ ਬਿਠਾਇਆ ਸੀ ਗੋਰਿਆਂ ਨੇ ਵੀ ਆਪ ਖੁਦ, ਉਸ ਦਿਨ ਉਹਨਾਂ ਨੇ ਇਹਦੀ ਸਰਪ੍ਰਸਤ ਮਹਾਰਾਣੀ ਜਿੰਦਾ ਨੂੰ ਬਣਾ ਦਿੱਤਾ ਸੀ। ਪਰ ਅੱਜ ਇਹਨਾਂ ਨੇ ਨਵਾਂ ਇੱਕ ਖੇਡ ਖੇਡੀ, ਇੱਕ ਅਰਜ਼ ਕਰਵਾ ਕੇ ਨਵਾਂ ਅਹਿਦਨਾਮਾ ਅੰਕਿਤ ਕਰਵਾਇਆ। ਉਹ ਇਹ ਨਵੀਂ ਸ਼ਰਤ ਤੈਅ ਰਖਵਾਈ, ਉਹ ਇਹ ਭਈ ਅੱਜ ਤੋਂ ਬਾਅਦ ਰਾਣੀ ਦੀ ਸਰਪ੍ਰਸਤੀ ਜਿਹੜੀ ਉਹ 1.5 ਲੱਖ ਰੁਪਇਆ ਪੈਨਸ਼ਨ ਦਿੱਤੀ ਜਾਏਗੀ, ਤੇ ਮਹਾਰਾਜਾ ਦਲੀਪ ਸਿੰਘ ਨੂੰ ਪਾਲਣ ਦੀ ਗੱਲ ਹੋਵੇਗੀ। ਤੇ ਇਹਨੂੰ ਹਟਾ ਕੇ ਉਹਨਾਂ ਨੇ ਕੋਸ਼ਿਸ਼ ਕੀਤੀ ਹੈਨਰੀ ਲਾਰੈਂਸ, ਉਹਨੂੰ ਲਾਹੌਰ ਦਾ ਸਰਪ੍ਰਸਤ ਬਣਾਇਆ। ਤੇ ਉਹ ਸਰਪ੍ਰਸਤੀ ਦੇ ਨਾਲ ਇਹ ਗੱਲ ਵਿਚਾਰੀ ਗਈ ਭਈ ਅੱਜ ਤੋਂ ਬਾਅਦ ਮਹਾਰਾਜਾ ਦਲੀਪ ਸਿੰਘ ਦੀ ਪਾਲਣ ਪਲੋਸ਼ਣਾ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਮਹਾਰਾਣੀ ਜਿੰਦਾਂ ਦੀ ਥਾਂ ਦੇ ਉੱਤੇ ਇਹਨਾਂ ਨੇ ਕੋਸ਼ਿਸ਼ ਕੀਤੀ ਭਈ ਉਹ ਸਾਡੀ ਹੋਵੇਗੀ, ਭਾਵ ਇਹ ਗੋਰੀ ਸਰਕਾਰ ਦੀ ਹੋਵੇਗੀ। ਅਸਲ ਵਿੱਚ ਉਹ ਬੰਨਣ ਇਹ ਬੰਨਣਾ ਚਾਹੁੰਦੇ ਨੇ ਭਈ ਇਹ ਮਹਾਰਾਜਾ ਦਲੀਪ ਸਿੰਘ ਨੂੰ ਅਸੀਂ ਆਪਣੀ ਨਿਗਰਾਨੀ ਵਿੱਚ ਰੱਖ ਕੇ ਆਪਣੀ ਮਰਜ਼ੀ ਨਾਲ ਪਾਲੀਏ, ਤਾਂ ਕਿ ਕੱਲ ਮਹਾਰਾਜਾ ਦਲੀਪ ਸਿੰਘ ਸਾਡੇ ਹੱਥਾਂ ਦੀ ਕੱਠ ਪੁਤਲੀ ਬਣ ਕੇ ਸਾਡੇ ਇਸ਼ਾਰਿਆਂ ਤੇ ਨੱਚਣ ਵਾਲਾ ਬਣ ਜਾਏ। ਇਹਨਾਂ ਨੇ ਇੱਕ ਕੰਮ ਹੋਰ ਕੀਤਾ, ਇਹਦੇ ਦਰਮਿਆਨ ਇੱਕ ਕੰਮ ਹੋਰ ਕੀਤਾ, ਉਹ ਇਹ ਕੀਤਾ ਭਈ ਇਹਨਾਂ ਦਿਨਾਂ ਦੇ ਵਿੱਚ ਹੀ ਤੇਜਾ ਸਿੰਘ ਨੂੰ ਇੱਕ ਤਿਲਕ ਦੇਣਾ ਸੀ, ਕਿਉਂਕਿ ਤੇਜਾ ਸਿੰਘ ਨੂੰ ਰਾਜੇ ਦਾ ਵੀ ਖਿਤਾਬ ਦਿੱਤਾ ਗਿਆ।
ਹੁਣ ਇਹ ਤਿਲਕ ਲੈਣਾ ਸੀ, ਇਹ ਮਹਾਰਾਜਾ ਦਲੀਪ ਸਿੰਘ ਤੋਂ ਦਵਾਉਣਾ ਸੀ। ਜਦੋਂ ਉਹ ਦਲੀਪ ਸਿੰਘ ਤੋਂ ਤਿਲਕ ਦਵਾਉਣ ਦੀ ਕਹਾਣੀ ਆਈ ਤਾਂ ਗੋਰੇ ਜਿਹੜੇ ਨੇ ਮਹਾਰਾਜਾ ਦਰਬਾਰ ਸਜਿਆ ਤੇ ਉਹਦੇ ਵਿੱਚੋਂ ਮਹਾਰਾਜਾ ਦਲੀਪ ਸਿੰਘ ਨੂੰ ਲੈ ਕੇ ਆਏ ਤੇ ਲਿਆ ਕੇ ਆ ਕੇ ਤੇ ਕੋਸ਼ਿਸ਼ ਕੀਤੀ, ਉਹਨਾਂ ਨੂੰ ਸਾਹਮਣੇ ਕੇਸਰ ਰੱਖ ਦਿੱਤਾ ਤੇ ਨਾਲ ਇਸ਼ਾਰਾ ਕੀਤਾ ਵੀ ਇਸ ਕੇਸਰ ਦੇ ਵਿੱਚੋਂ ਤੁਸੀਂ ਤਿਲਕ ਲੈਣਾ ਮਹਾਰਾਜਾ ਤੇ ਇਸ ਰਾਜੇ ਤੇਜਾ ਸਿੰਘ ਦੇ ਮਸਤਕ ਦੇ ਉੱਤੇ ਮੱਥੇ ਉੱਤੇ। ਉੱਠਿਆ ਦਲੀਪ ਸਿੰਘ, ਉਹਨੇ ਉਸ ਕੇਸਰ ਦੇ ਵਿੱਚ ਪਏ ਹੋਏ ਆਪਣੀ ਉਂਗਲ ਡਬੋ ਕੇ ਉਹਨੂੰ ਗਿੱਲਾ ਵੀ ਕਰ ਲਿਆ ਤੇ ਜਦੋਂ ਲਾਉਣ ਤਿਲਕ ਚੱਲਿਆ ਤਾਂ ਉਦੋਂ ਅਚਾਨਕ ਉਹਦੀ ਨਜ਼ਰ ਸਾਹਮਣੇ ਬੈਠੀ ਮਹਾਰਾਣੀ ਜਿੰਦਾ ਨਾਲ ਮਿਲ ਗਈ। ਮਹਾਰਾਣੀ ਜਿੰਦਾ ਨੇ ਉਸੇ ਵੇਲੇ ਉਹਨੂੰ ਇਸ਼ਾਰਾ ਕੀਤਾ। ਇਸ ਇਸ਼ਾਰੇ ਦੇ ਕਾਰਨ ਇਹ ਬਣਿਆ ਕਿ ਮਹਾਰਾਜਾ ਦਲੀਪ ਸਿੰਘ ਉਸੇ ਵੇਲੇ ਆਪਣੇ ਉਸ ਕੁਰਸੀ ਤੇ ਜਾ ਕੇ ਬੈਠ ਗਿਆ ਸੁੰਗੜ ਕੇ। ਉਹਨੇ ਲੱਖ ਵਾਰੀ ਜੋਰ ਲਾ ਲਿਆ ਗੋਰਿਆਂ ਨੇ, ਉਹਨੇ ਮੁੜ ਕੇ ਤਿਲਕ ਨਹੀਂ ਦਿੱਤਾ। ਇੱਕੋ ਵਾਰੀ ਮਹਾਰਾਣੀ ਜਿੰਦਾ ਦੇ ਆਖੇ ਤੇ ਲਾ ਕੇ ਉਹਨੇ ਮੁੜ ਕੇ ਉਹਨੂੰ ਤਿਲਕ ਨਹੀਂ ਦਿੱਤਾ। ਖੈਰ, ਇਸ ਗੱਲੋਂ ਗੋਰਿਆਂ ਨੂੰ ਬੜੀ ਤਕਲੀਫ ਲੱਗੀ, ਬਹੁਤ ਤਕਲੀਫ ਲੱਗੀ। ਉਹਨਾਂ ਦੇ ਮਨਾਂ ਵਿੱਚ ਇਹ ਗੱਲ ਜਾਗੀ, ਜਿਹੜੀ ਗੱਲ ਅਸੀਂ ਕਰਨਾ ਚਾਹੁੰਦੇ ਹਾਂ ਤੇ ਉਹ ਗੱਲ ਤੇ ਇੱਥੇ ਬਣ ਨਹੀਂ ਰਹੀ, ਤੇ ਇਸ ਲਈ ਕਿੰਨਾ ਚੰਗਾ ਹੋਵੇ ਜੇ ਅਸੀਂ ਅੱਜ ਤੋਂ ਹੀ ਇਹਨੂੰ ਹੋਰ ਤਰੀਕੇ ਲਈਏ। ਇਹ ਗੱਲ ਨੂੰ ਛੱਡਣਾ ਨਹੀਂ ਚਾਹੀਦਾ, ਬਲਕਿ ਚੰਗੀ ਤਰ੍ਹਾਂ ਸੋਚ ਵਿਚਾਰ ਕਰਕੇ ਇਹਨੂੰ ਰਾਣੀ ਦੀ ਸਰਪ੍ਰਸਤੀ ਵਿੱਚੋਂ ਕੱਢ ਲੈਣਾ ਚਾਹੀਦਾ। ਇੱਕ ਕਾਰਨ ਇਹ ਵੀ ਬਣਿਆ, ਉਹਨਾਂ ਨੇ ਇਸ ਗੱਲ ਦੀ ਕੋਸ਼ਿਸ਼ ਕੀਤੀ। ਅਗਲੀ ਗੱਲ ਥੋੜੀ ਜਿਹੀ ਹੋਰ ਵਿਚਾਰਨ ਵਾਲੀ ਹੈ। ਉਸ ਵੇਲੇ ਤੇਜਾ ਸਿੰਘ ਨੂੰ ਤਿਲਕ ਭਾਵੇਂ ਕਿਸੇ ਗ੍ਰੰਥੀ ਤੋਂ ਉਸ ਵੇਲੇ ਤੋਂ ਦਵਾ ਦਿੱਤਾ ਗਿਆ, ਮਹੰਤਾ ਦੇ ਕੋਲੋਂ ਕਿਸੇ ਕੋਲ ਦਵਾ ਦਿੱਤਾ ਗਿਆ, ਗੱਲ ਵੱਖਰੀ ਹੈ। ਪਰ ਇਹ ਤਿਲਕ ਮਹਾਰਾਜਾ ਦਲੀਪ ਸਿੰਘ ਨੇ ਨਹੀਂ ਦਿੱਤਾ, ਜਿਹੜੀ ਕਹਿਣ ਤੋਂ ਮੁਰਾਦ ਮੈਂ ਬੇਨਤੀ ਕਰਨੀ ਚਾਹੁੰਦਾ। ਇਹਦੇ ਦਰਮਿਆਨ ਇੱਕ ਘਟਨਾ ਹੋਰ ਘਟੀ, ਬੜੀ ਅਜੀਬ। ਇੱਕ ਗੱਲ ਇਹ ਹੋਈ ਸੀ, ਅਜੇ ਦੂਜੀ ਘਟਨਾ ਹੋਰ ਘਟ ਗਈ ਇਹਨਾਂ ਦਿਨਾਂ ਵਿੱਚ ਹੀ। ਉਹ ਇਹ, ਇੱਕ ਖਾਲਸਾ ਦਰਬਾਰ ਦਾ ਬੜਾ ਪ੍ਰੇਮੀ ਸੀ, ਬੜਾ ਵਫ਼ਾਦਾਰ ਸੀ। ਫਰਵਰੀ ਦੇ ਮਹੀਨੇ 1847 ਨੂੰ ਇਹ ਪ੍ਰੇਮਾ ਸਿੰਘ ਨੇ, ਇਹਦਾ ਨਾਮ ਵੀ ਪ੍ਰੇਮਾ ਸਿੰਘ ਸੀ, ਤੇ ਇਹਨੇ ਇੱਕ ਸਕੀਮ ਬਣਾਈ ਨਾਲ ਆਪਣੇ ਕੁਝ ਸਾਥੀ ਲੈ ਕੇ। ਉਹ ਸਕੀਮ ਇਹਨੇ ਇਹ ਬਣਾਈ ਵੀ ਕਿੰਨਾ ਚੰਗਾ ਹੋਵੇ ਜੇ ਕਿਤੇ ਅਸੀਂ ਕੋਸ਼ਿਸ਼ ਕਰੀਏ ਇਸ ਸ਼ਾਲੀਵਾਰ ਬਾਗ ਦੇ ਵਿੱਚ ਇੱਕ ਸਮਾਗਮ ਹੋਣਾ ਸੀ, ਉਸ ਸਮਾਗਮ ਦੇ ਦਰਮਿਆਨ ਅਸੀਂ ਇਹਨਾਂ ਗੋਰੇ ਨੂੰ ਮਾਰ ਕੇ ਕੋਸ਼ਿਸ਼ ਕਰੀਏ ਵੀ ਮਹਾਰਾਜਾ ਦਲੀਪ ਸਿੰਘ ਨੂੰ ਇੱਥੋਂ ਅਗਵਾ ਕਰ ਲਈਏ, ਤੇ ਅਗਵਾ ਕਰਕੇ ਪ੍ਰਮੁੱਖ ਗੋਰਿਆਂ ਨੂੰ ਮਾਰ ਕੇ ਤੇ ਇਕੱਠੇ ਹੋਈਏ ਤੇ ਮਹਾਰਾਜਾ ਦਲੀਪ ਸਿੰਘ ਦੀ ਅਗਵਾਈ ਵਿੱਚ ਇੱਕ ਇਹੋ ਜਿਹੀ ਮੁਹਿੰਮ ਚਲਾਈਏ ਜਿਹੜੀ ਗੋਰਿਆਂ ਨੂੰ ਇੱਥੋਂ ਕੱਢਣ ਵਿੱਚ ਕਾਮਯਾਬ ਹੋ ਜਾਏ। ਗੱਲ ਤੇ ਬੜੀ ਚੰਗੀ ਸੀ। ਇਹਦੇ ਨਾਲ ਹੀ ਇਹਦਾ ਇੱਕ ਭਾਈ ਮਹਾਰਾਜ ਸਿੰਘ, ਉਹ ਵੀ ਨਾਲ ਸਾਥੀ ਬਣਿਆ ਸੀ, ਭਾਈ ਮਹਾਰਾਜ ਸਿੰਘ, ਭਾਈ ਵੀਰ ਸਿੰਘ ਹੋਰਾਂ ਦਾ ਬਾਬਾ ਵੀਰ ਸਿੰਘ ਜਿਹੜੇ ਨੌਰੰਗਾਬਾਦ ਵਾਲੇ ਸਨ, ਉਹਨਾਂ ਦੇ ਮਗਰੋਂ ਉਹ ਸੇਵਾਦਾਰ ਸੀ ਉਸ ਡੇਰੇ ਦਾ। ਇਹ ਵੀ ਬੜਾ ਵਫ਼ਾਦਾਰ ਸੀ। ਇਹਨੇ ਵੀ ਕੋਸ਼ਿਸ਼ ਕੀਤੀ ਨਾਲ ਸਾਥੀ ਲੜਨ ਦੀ, ਪਰ ਇਹ ਗੱਲ ਬਣਨ ਤੋਂ ਪਹਿਲਾਂ ਹੀ ਇਹ ਜਿਹੜੀ ਗੱਲ ਹੈ ਉਹ ਲੀਕ ਹੋ ਗਈ, ਗੋਰਿਆਂ ਤੱਕ ਪਹੁੰਚ ਗਈ। ਉਹਨਾਂ ਨੇ ਇਹ ਸਕੀਮ ਜਿਹੜੀ ਸੀ ਬਣੀ ਬਣਾਈ ਸਾਰੀ ਖਤਮ ਹੋ ਗਈ। ਹੁਣ ਇਹਦੇ ਵਿੱਚੋਂ ਪੂਰੇ ਨਾ ਉਤਰ ਸਕੇ, ਕੇਸ ਚੱਲਿਆ, ਸਾਰੀ ਗੱਲਬਾਤ ਦਾ ਪਤਾ ਲੱਗਿਆ, ਪਰ ਮਹਾਰਾਣੀ ਦੇ ਮੁਕਾਬਲੇ ਵਿੱਚ ਕੋਈ ਬਹੁਤੇ ਸਬੂਤ ਨਾ ਮਿਲਣ ਕਰਕੇ ਇਹਦੀ ਕੋਈ ਬਹੁਤੀ ਵੱਡੀ ਸਜ਼ਾ ਉਹ ਮਹਾਰਾਣੀ ਜਿੰਦਾ ਨੂੰ ਨਾ ਦੇ ਸਕੇ। ਇਸ ਤੋਂ ਅੱਗੇ ਇੱਕ ਘਟਨਾ ਵਾਪਰਦੀ ਹੈ। ਹੁਣ ਇਹਨਾਂ ਦਿਨਾਂ ਦੇ ਵਿੱਚ ਹੀ ਜਦੋਂ ਇਹ ਦੋ ਘਟਨਾਵਾਂ ਵਾਪਰੀਆਂ ਤੇ ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਇਸ ਮਹਾਰਾਣੀ ਦੇ ਉੱਤੇ ਥੋੜਾ ਜਿਹਾ ਆਪਣੇ ਹੁਕਮ ਦੀ ਜ਼ੰਜੀਰ ਦਾ, ਹੁਕਮ ਦੀ ਤੰਗਲੀ ਦਾ ਹੋਰ ਕਸਿਆ ਜਾਵੇ ਸ਼ਿਕੰਜਾ, ਤਾਂ ਕਿ ਇਹਨਾਂ ਦੇ ਨਾਲ ਕੁਛ ਕਿਸੇ ਤਰ੍ਹਾਂ ਦਾ ਵੀ ਬਾਹਰ ਮੇਲ ਮਿਲਾਪ ਨਾ ਹੋਵੇ। ਇਹ ਗੱਲ ਹੋਰ ਖਿਆਲ ਕਰਿਓ, ਮੈਂ ਫਿਰ ਰੋਕਣ ਲੱਗਾ। ਜਿਹੜਾ ਸਿਆਣਾ ਸ਼ਿਕਾਰੀ ਹੁੰਦਾ ਨਾ, ਉਹ ਸ਼ਿਕਾਰ ਨੂੰ ਪਕੜ ਕੇ ਕੇਵਲ ਆਪਣੇ ਪਿੰਜਰੇ ਵਿੱਚ ਹੀ ਨਹੀਂ ਪਾਉਂਦਾ, ਪਰ ਪਿੰਜਰੇ ਵਿੱਚ ਪਾਉਣ ਲੱਗਿਆਂ ਉਹਦੇ ਪਰ ਕੱਟ ਦਿੰਦਾ ਤਾਂ ਕਿ ਮੁੜ ਕੇ ਇਹ ਮੇਰੇ ਜਾਲ ਵਿੱਚੋਂ ਨਿਕਲ ਨਾ ਸਕੇ ਕਦੇ।
ਪਿੰਜਰੇ ਚ ਵੀ ਪਾ ਲੈਂਦਾ ਪਰ ਪਰ ਵੀ ਕੱਟ ਦਿੰਦਾ। ਇਹਨਾਂ ਸਰਦਾਰਾਂ ਨੂੰ ਕਿਤੇ ਨਾ ਕਿਤੇ ਕੋਈ ਆਪਣਾ ਕੋਈ ਲੀਡਰ ਨਜ਼ਰ ਆਉਂਦਾ ਸੀ ਜਿਹਦੇ ਆਸਰੇ ਇਹ ਬਗਾਵਤ ਦਾ ਬੀਜ ਬੀਜ ਸਕਦੇ ਸਨ, ਜਿਹਦੇ ਆਸਰੇ ਇਹ ਮੁੜ ਖਾਲਸਾ ਤਾਕਤ ਇਕੱਠੀ ਕਰ ਸਕਦੇ ਸਨ, ਸਿੱਖਾਂ ਦੀ ਤਾਕਤ ਇਕੱਠੀ ਕਰ ਸਕਦੇ ਸਨ, ਤਾਂ ਇਹਨਾਂ ਨੂੰ ਵਾਰ ਵਾਰ ਸਾਹਮਣੇ ਨਜ਼ਰ ਕੇਵਲ ਮਹਾਰਾਣੀ ਜਿੰਦਾ ਆਉਂਦੀ ਸੀ। ਇੱਕ ਮਹਾਰਾਣੀ ਜਿੰਦਾ ਤਾਕਤ ਨਾ ਇਕੱਠੀ ਕਰ ਦੇਵੇ, ਦੂਜਾ ਮਹਾਰਾਣੀ ਜਿੰਦਾ ਮਹਾਰਾਜਾ ਦਲੀਪ ਸਿੰਘ ਨੂੰ ਸਾਡੇ ਹੱਥੋਂ ਨਾ ਕੱਢ ਦੇਵੇ, ਤੀਜਾ ਮਹਾਰਾਣੀ ਜਿੰਦਾ ਦੀ ਜਿਹੜੀ ਦਿਮਾਗੀ ਸੋਚ ਹੈ ਉਹ ਵੀ ਇੱਕ ਮਰਦਾਨੇ ਸੋਚ ਹੈ, ਉਹ ਨਿਰੀ ਜਨਾਨੀਆਂ ਵਾਲੀ ਨਹੀਂ ਸੀ, ਉਹ ਵੀ ਕਾਫੀ ਮਰਦਾਨਾ ਵਾਲੀ ਸੋਚ ਸੀ। ਕਿਤੇ ਇਹ ਸਾਰੀਆਂ ਇਕੱਠੀਆਂ ਹੋ ਕੇ ਗੋਰਿਆਂ ਦੇ ਨਵੇਂ ਨਵੇਂ ਜਮੇ ਹੋਏ ਪੈਰਾਂ ਨੂੰ ਮੁੜ ਉਖੇੜਨ ਵਿਚ ਸਹਾਈ ਨਾ ਹੋ ਜਾਣ, ਇਸ ਗੱਲ ਦਾ ਉਹਨਾਂ ਨੇ ਇਤਬਾਰ ਨਾ ਕੀਤਾ। ਉਹਨਾਂ ਨੇ ਇੱਕ ਕੰਮ ਹੋਰ ਕਰ ਦਿੱਤਾ ਤੇ ਰਾਣੀ ਨੂੰ, ਪਹਿਲੀ ਗੱਲ ਉਹਦੇ ਜਿਹੜੇ ਪੰਜ ਨੌਕਰ ਸਨ ਬੜੇ ਵਫ਼ਾਦਾਰ, ਉਹਨਾਂ ਸਾਰਿਆਂ ਨੌਕਰਾਂ ਨੂੰ ਪਹਿਲਾਂ ਉੱਥੋਂ ਹਟਾਇਆ। ਉਹਨਾਂ ਨੌਕਰਾਂ ਦਾ ਜ਼ਿਕਰ ਵਿਦਵਾਨ ਪੁਰਸ਼ਾਂ ਨੇ ਕੀਤਾ ਭਈ ਇੱਕ ਦਾ ਨਾਂ ਸੀ ਮੰਗਲਾ, ਦੂਜੇ ਦਾ ਨਾਂ ਜੀਵਨ ਸਿੰਘ, ਤੀਜੇ ਦਾ ਨਾਂ ਹੀਰਾ ਸਿੰਘ, ਅਮੀਰ ਬਖਸ਼ ਅਤੇ ਹਰਦਿਆਲ, ਇਹ ਪੰਜ ਨੌਕਰ ਸਨ। ਇਹਨਾਂ ਪੰਜੇ ਨੌਕਰਾਂ ਨੂੰ ਪਹਿਲਾਂ ਹਟਾਇਆ, ਇਹਨਾਂ ਪੰਜੇ ਨੌਕਰਾਂ ਨੂੰ ਹਟਾ ਕੇ ਦੂਜੀ ਗੱਲ 7 ਅਗਸਤ 1847 ਨੂੰ ਜਿਸ ਦਿਨ ਤਿਲਕ ਦੇਣ ਦੀ ਘਟਨਾ ਸੀ ਉਹ ਵੀ ਗੱਲ ਪ੍ਰਗਟ ਹੋ ਗਈ, ਉਹਦੇ ਤੋਂ ਵੀ ਪਤਾ ਲੱਗ ਗਿਆ ਸੀ ਮਹਾਰਾਣੀ ਜਿੰਦਾ ਦਾ ਵੀ ਇਸ਼ਾਰੇ ਕਰਕੇ ਦਲੀਪ ਸਿੰਘ ਨੂੰ ਸਾਡੇ ਅਨੁਸਾਰੀ ਨਹੀਂ ਹੋਣ ਦਿੰਦੀ, ਇੱਕ ਕਾਰਨ ਇਹ ਬਣਿਆ। ਤੇ ਇਹਨਾਂ ਨੇ ਇਹ ਨੌਕਰਾਂ ਨੂੰ ਹਟਾ ਕੇ ਆਖਿਰਕਾਰ ਬਾਹਰੀ ਤੌਰ ਤੇ ਜਿੰਦਾ ਦਾ ਮਿਲਣਾ ਅਤੇ ਉਹਨੂੰ ਆਪਣੇ ਹੀ ਘਰ ਦੇ ਵਿੱਚ ਲਾਹੌਰ ਦੇ ਵਿੱਚ ਹੀ ਸਮਨ ਬੁਰਜ ਦੇ ਵਿੱਚ ਹੀ ਜਿੱਥੇ ਉਹਨਾਂ ਦੀ ਰਹਿਸ਼ ਸੀ ਉੱਥੇ ਮਾਨੋ ਨਜ਼ਰ ਬੰਦ ਕਰ ਦਿੱਤਾ, ਆਪ ਬਾਹਰ ਜਾ ਨਹੀਂ ਸਕਦੀ। ਤੇ ਜਿਹੜੇ ਨੌਕਰਾਂ ਦੇ ਜ਼ਰੀਆ ਕੋਈ ਨਾ ਕੋਈ ਸਾਧਨ ਬਣਦਾ ਸੀ ਕਿਸੇ ਸੁਨੇਹਾ ਲੈਣ ਦੇਣ ਦਾ, ਉਹ ਵੀ ਹਟਾ ਦਿੱਤੇ ਗਏ। ਤੇ ਬਾਹਰੀ ਸਰਦਾਰਾਂ ਨੂੰ ਤਾਂ ਅੰਦਰ ਆਉਣ ਦਾ ਆਗਿਆ ਮਿਲਣ ਦੀ ਹੈ ਹੀ ਨਹੀਂ ਸੀ। ਖੈਰ ਅਗਲੀ ਗੱਲ ਇਹ ਹੋਈ ਇਹਨਾਂ ਹੀ ਦਿਨਾਂ ਦੇ ਵਿੱਚ ਅਗਸਤ ਦਾ ਮਹੀਨਾ ਇੱਕ ਹੋਰ ਇਹੋ ਜਿਹੀ ਦੁਖਦਾਈ ਘਟਨਾ ਲੈ ਕੇ ਆਇਆ, ਉਹ ਇਹ ਆਈ ਇੱਕ ਪਾਸੇ ਰਾਣੀ ਜਿੰਦਾ ਲਾਹੌਰ ਦੇ ਕਿਲੇ ਵਿੱਚ ਇਹ ਸਮਨ ਬੁਰਜ ਦੇ ਵਿੱਚ ਨਜ਼ਰਬੰਦ ਕੀਤੀ ਹੋਈ ਹੈ, ਦੂਜੀ ਕਾਰਨ ਇਹ ਬਣਿਆ। ਉਹਨਾਂ ਨੇ ਸੋਚਿਆ ਭਈ ਹਾਲੇ ਵੀ ਭਾਵੇਂ ਨਜ਼ਰਬੰਦ ਹੈ ਬਾਹਰਲੇ ਤੌਰ ਤੇ, ਪਰ ਮਹਾਰਾਜਾ ਦਲੀਪ ਸਿੰਘ ਆਖਰ ਤੇ ਉਸ ਮਾਂ ਕੋਲ ਹੀ ਰਹਿ ਰਹੇ ਹੈ ਨਾ। ਇੱਕ ਹੋਰ ਕੋਸ਼ਿਸ਼ ਕੀਤੀ ਉਹਨਾਂ ਦਿਨਾਂ ਦੇ ਵਿੱਚ, 18 ਅਗਸਤ 1847 ਨੂੰ ਦੁਪਹਿਰ ਤੋਂ ਬਾਅਦ ਗੁਲਾਬ ਸਿੰਘ ਨੂੰ, ਇੱਕ ਗੁਲਾਬ ਸਿੰਘ ਇਹ ਵੱਖਰਾ ਮਜੀਠੀਆ ਇਹ ਵਫ਼ਾਦਾਰ ਹੈ, ਇਸ ਗੁਲਾਬ ਸਿੰਘ ਨੂੰ ਇੱਕ ਬਚਨ ਆਖਿਆ ਵੀ ਤੁਸੀਂ ਮਹਾਰਾਜਾ ਦਲੀਪ ਸਿੰਘ ਨੂੰ ਅੱਜ ਘੋੜੇ ਤੇ ਲਿਜਾ ਕੇ ਸੈਰ ਕਰਨੀ ਹੈ ਸ਼ਾਲੀਮਾਰ ਬਾਗ ਦੇ ਵਿੱਚ, ਉੱਥੇ ਸ਼ਮਿਆਨਾ ਲੱਗੇ ਹੈ, ਸਾਰੇ ਨੌਕਰਾਂ ਦਾ ਪ੍ਰਬੰਧ ਹੈ, ਖਾਣ ਰਹਿਣ ਸਹਿਣ ਦਾ ਪ੍ਰਬੰਧ ਹੈ, ਅੱਜ ਤੁਸੀਂ ਸ਼ਾਮ ਨੂੰ ਸੈਰ ਕਰਨ ਲੈ ਜਾਣਾ ਦੁਪਹਿਰ ਤੋਂ ਬਾਅਦ, ਤੇ ਉੱਥੇ ਹੀ ਇਹਦਾ ਮਨ ਪਰਚਾ ਕੇ ਇਹਨੂੰ ਜਿਵੇਂ ਕਿਵੇਂ ਮਰਜ਼ੀ ਉੱਥੇ ਇੰਨਾ ਕੁ ਖੱਚਤ ਕਰ ਲੈਣਾ, ਉਸ ਰਾਤ ਇਹਨੂੰ ਉੱਥੇ ਹੀ ਕੱਟਣ ਦੇਣਾ। 18 ਅਗਸਤ ਨੂੰ ਉਹੀਓ ਕੁਝ ਹੋਇਆ, ਇਹਨੂੰ ਲੈ ਕੇ ਚਲੇ ਗਏ ਤੇ ਆਖਿਰਕਾਰ ਉੱਥੇ ਲਿਜਾ ਕੇ ਸੈਰ ਸੂਰ ਕਰਦਿਆਂ ਸ਼ਾਮ ਦਾ ਵਕਤ ਆਇਆ। ਅਕਸਰ ਤੇ ਬੱਚਾ ਸ਼ਾਮ ਨੂੰ ਆਪਣੀ ਮਾਂ ਕੋਲ ਜਾਣਾ ਹੀ ਚਾਹੁੰਦਾ ਹੈ ਨਾ, ਤੇ ਜਦੋਂ ਉਹਨੇ ਜਾਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਅੱਗੋਂ ਜਵਾਬ ਦਿੱਤਾ ਸਾਡੀ ਮਜਬੂਰੀ, ਅੱਜ ਤੁਸੀਂ ਆਪਣੇ ਮਹਿਲਾਂ ਵਿੱਚ ਨਹੀਂ ਜਾ ਸਕਦੇ, ਸ਼ਾਲੀਮਾਰ ਬਾਗ ਦੇ ਵਿੱਚ ਹੀ ਰਾਤ ਕੱਟਣੀ ਹੋਵੇਗੀ। ਤੇ ਉਸ ਰਾਤ ਉਹਨੇ ਉੱਥੇ ਕੱਟੀ, ਬੜਾ ਉਦਾਸ, ਸਮਝ ਨਾ ਲੱਗੇ ਵੀ ਕੀ ਕਾਰਨ ਬਣਿਆ, ਮੇਰੀ ਮਾਂ ਤੋਂ ਮੈਨੂੰ ਕਿਉਂ ਦੂਰ ਰੱਖਿਆ ਜਾ ਰਿਹਾ ਹੈ। ਪਰ ਉਹਨੂੰ ਕੀ ਪਤਾ ਸੀ ਭਲਿਆ ਅੱਜ ਦੀ ਰਾਤ ਹੀ ਨਹੀਂ ਬਲਕਿ ਤੇਰੀ ਤਾਂ ਜ਼ਿੰਦਗੀ ਦੇ ਲੰਮੇ ਵਿਛੋੜੇ ਲਿਖ ਦਿੱਤੇ ਨੇ ਤੇਰੀ ਕਿਸਮਤ ਨੇ ਮਹਾਰਾਜਾ ਦਲੀਪ ਸਿੰਘ, ਭਾਵੇਂ ਤੂੰ ਮਹਾਰਾਜਾ ਰਣਜੀਤ ਸਿੰਘ ਦਾ ਬੜਾ ਪਿਆਰਾ ਪੁੱਤਰ ਸੀ ਪਰ ਤੇਰੇ ਅੱਜ ਤੋਂ ਬਾਅਦ ਇਹ ਕਰਮ ਹੀ ਇਹੋ ਜਿਹੇ ਸਾਹਮਣੇ ਉਗੜ ਕੇ ਆਏ ਨੇ। ਖੈਰ ਜਿਹੜੀ ਬੇਨਤੀ ਕਰਨ ਲੱਗਾ ਸਾਂ, ਉਸ ਰਾਤ ਉਹਨੇ ਉੱਥੇ ਉਦਾਸ ਜਿਹਾ ਹੋ ਕੇ ਕੱਟੀ, ਖਾਧਾ ਵੀ ਕੁਝ ਨਾ। 19 ਅਗਸਤ 1847 ਨੂੰ ਜਦੋਂ ਉਹ ਦੁਬਾਰੇ ਆਪਣੇ ਸਮਨ ਬੁਰਜ ਰਹਿਸ਼ ਵਿੱਚ ਆਇਆ ਤਾਂ ਉਹਨੂੰ ਇੱਥੇ ਆ ਕੇ ਪਤਾ ਲੱਗਾ ਭਈ ਉਹਦੀ ਮਾਂ ਨੂੰ ਲਾਹੌਰ ਦਰਬਾਰ ਵਿੱਚੋਂ ਬਦਲ ਕੇ ਸ਼ੇਖੂਪੁਰੇ ਦੇ ਵਿੱਚ ਭੇਜ ਦਿੱਤਾ ਗਿਆ, ਇੱਕ ਨਜ਼ਰਬੰਦ ਉਸੇ ਤਰ੍ਹਾਂ ਉਹਨੂੰ ਕਰਿਆ ਹੋਇਆ। ਤੇ ਜਦੋਂ ਇਹ ਗੱਲ ਉਸ ਮਹਾਰਾਜਾ ਦਲੀਪ ਸਿੰਘ ਨੂੰ ਪਤਾ ਲੱਗੀ, ਪਿਆਰ ਵਾਲਿਓ
ਉਹਨੇ ਉਸ ਸਮਨ ਬੁਰਜ ਵਿਚ ਰਹਿਣਾ ਹੀ ਮਨਾ ਕਰ ਦਿੱਤਾ। ਕਹਿਣ ਲੱਗੇ ਮੈਂ ਇੱਥੇ ਨਹੀਂ ਰਹਿਣਾ। ਅੱਖਾਂ ਵਿਚ ਅਥਰੂ ਆਏ, ਕੁਰਲਾਇਆ। ਇੱਕ 9 ਸਾਲਾਂ ਦਾ ਬੱਚਾ ਆਪਣੀ ਮਾਂ ਦੇ ਲਈ ਕੁਰਲਾਇਆ। ਅਸੀਂ ਜਿਨ੍ਹਾਂ ਨੂੰ ਕਹਿੰਦੇ ਆ ਨਾ ਵੀ ਇਹਨਾਂ ਦੀ ਸਫੇਦ ਸਕਿਨ ਹੈ, ਇਹ ਬੜੇ ਵਫਾਦਾਰ ਨੇ, ਪਰ ਚੇਤਾ ਰੱਖਿਓ ਬਹੁਤ ਵਾਰੀ ਐਸਾ ਵੀ ਹੁੰਦਾ, ਚਿੱਟੀ ਚਮੜੀ ਦੇ ਪਿੱਛੇ ਵੀ ਕਈ ਵਾਰੀ ਕਾਲੇ ਦਿਲ ਹੋ ਸਕਦੇ ਨੇ। ਪਿਆਰ ਵਾਲਿਓ, ਅੱਜ ਦੇਖੋ ਇਹਨਾਂ ਨੇ ਇੱਕ ਨਿਕੜੇ ਜੇ ਬੱਚੇ ਨੂੰ ਆਪਣੀ ਮਾਂ ਤੋਂ ਵਿਛੋੜ ਦਿੱਤਾ ਤੇ ਉਹ ਕਲਪਦੇ ਰਹਿ ਗਏ ਮਹਾਰਾਜਾ ਦਲੀਪ ਸਿੰਘ। ਉਹਨਾਂ ਨੇ ਆਖਿਆ ਮੈਂ ਇੱਥੇ ਨਹੀਂ ਰਹਿਣਾ, ਮੇਰੀ ਮਾਂ ਮੈਨੂੰ ਚੇਤੇ ਆਉਂਦੀ ਹੈ ਤੇ ਮੈਂ ਇਹਦੀ ਬਜਾਏ ਜਿਹੜੀ ਸਮਨ ਬੁਰਜ ਦੀ ਰਹਿਸ਼ ਸੀ ਉਹਨੂੰ ਛੱਡ ਕੇ ਤਖਤਗਾਹ ਦੇ ਦੂਜੇ ਕਮਰਿਆਂ ਵਿਚ ਰਹਿਣ ਲੱਗ ਪਏ। ਕਈ ਦਿਨ ਕੁਛ ਨਾ ਖਾਧਾ ਔਰ ਉੱਤੋਂ ਦੇਖੋ ਕਿੱਡੀਆਂ ਚਲਾਕੀਆਂ ਨੇ। ਦੂਜੇ ਦਿਨ ਲਾਰੈਂਸ ਨੇ, ਹੈਨਰੀ ਲਾਰੈਂਸ ਨੇ ਦੂਜੇ ਦਿਨ ਭਰੇ ਦਰਬਾਰ ਵਿਚ ਐਲਾਨ ਕੀਤਾ ਭਈ ਮਹਾਰਾਜ ਦੀ ਸਰਪ੍ਰਸਤੀ ਸਾਡੇ ਕੋਲ ਹੈ, ਉਹਨਾਂ ਦੀ ਹਰ ਜ਼ਿੰਦਗੀ ਦਾ ਖਿਆਲ ਰੱਖਣਾ ਸਾਡਾ ਫਰਜ਼ ਵੀ ਬਣਦਾ ਤੇ ਇਸ ਲਈ ਅਸੀਂ ਕੋਸ਼ਿਸ਼ ਕੀਤੀ ਹੈ ਬਈ ਇਹਨਾਂ ਨੂੰ ਹਰ ਤਰੀਕੇ ਦੀ ਸਹੂਲਤ ਦਿੱਤੀ ਜਾ ਸਕੇ ਤੇ ਇਹਨਾਂ ਨੂੰ ਮਾਂ ਤੋਂ ਦੂਰ ਰੱਖਿਆ ਜਾ ਸਕਦਾ ਹੈ, ਜਾ ਰਿਹਾ, ਤਾਂ ਕਿ ਇਹਨਾਂ ਦੇ ਪੜ੍ਹਾਈ ਲਿਖਾਈ ਦੇ ਵਿਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਾ ਆਵੇ। ਬਈ ਭਲੇ ਉਹ ਕੋਈ ਪੁੱਛੇ, ਜੋ ਇੱਕ ਮਾਂ ਪਿਆਰ ਦੇ ਕੇ ਆਪਣੇ ਪੁੱਤ ਨੂੰ ਪਾਲ ਸਕਦੀ ਹੈ, ਜੋ ਮਾਂ ਪਿਆਰ ਦੇ ਕੇ ਆਪਣੇ ਪੁੱਤ ਨੂੰ ਪੜ੍ਹਾ ਸਕਦੀ ਹੈ, ਜਿਤਨੀ ਵਫਾਦਾਰੀ ਆਪਣੇ ਪੁੱਤਰ ਲਈ ਇੱਕ ਮਾਂ ਕਰ ਸਕਦੀ ਹੈ, ਬਗਾਨੀਆਂ ਗੋਦਾ ਮਾਂ ਦਾ ਸੁੱਖ ਦੇ ਲੈਣ ਤੇ ਦੁਨੀਆਂ ਕਦੇ ਮਾਂ ਦੇ ਸੋਹਲੇ ਨਾ ਗਾਵੇ। ਪਿਆਰ ਵਾਲਿਓ, ਕਦੇ ਦੇਖਿਓ ਦਾਸ ਕਈ ਵਾਰੀ ਬੇਨਤੀ ਕਰਦਾ, ਜਿਤਨੀ ਵਾਰੀ ਵੀ ਗੁਰਬਾਣੀ ਵਿਚ ਜ਼ਿਕਰ ਹੈ ਉਹ ਮਾਂ ਦਾ ਜ਼ਿਕਰ ਹੈ। ਅਹਿਮ ਗੱਲਾਂ ਕੀਤੀਆਂ ਹੁੰਦੀਆਂ ਨੇ, ਮਾਂ ਨਾਲ ਕੀਤੀਆਂ ਹੁੰਦੀਆਂ ਨੇ, ਪੁੱਤਾ ਮਾਤਾ ਕੀ ਅਸੀਸ, ਕਿਉਂਕਿ ਮਾਂ ਦੇ ਕੋਲੋਂ ਉਹ ਸੁੱਖ ਮਿਲਦਾ। ਪਾਪੀਆਂ ਨੇ ਮਹਾਰਾਜਾ ਦਲੀਪ ਸਿੰਘ ਦੀ ਨਿਕਲੀ ਉਮਰ ਦੇ ਵਿਚੋਂ ਕੇਵਲ ਰਾਜ ਭਾਗ ਹੀ ਨਹੀਂ ਖੋਇਆ, ਹਕੂਮਤ ਹੀ ਨਹੀਂ ਖੋਈ, ਕੇਵਲ ਉਹਦੇ ਰਾਜ ਭਾਗ ਤੇ ਹੀ ਕਬਜ਼ਾ ਨਹੀਂ ਕੀਤਾ, ਉਹਦੀ ਮਮਤਾ ਦੀ ਦੁਨੀਆਂ ਤੇ ਵੀ ਕਬਜ਼ਾ ਕਰ ਲਿਆ ਹੋਏ, ਉਹਨੂੰ ਉਹਦੀ ਮਾਂ ਤੋਂ ਵੀ ਵਿਛੋੜ ਦਿੱਤਾ। ਪਾਪੀਆਂ ਨੇ ਜਿਨ੍ਹਾਂ ਨੇ ਮਾਵਾਂ ਤੋਂ ਬਿਨਾਂ ਵਕਤ ਕੱਟਿਆ ਹੁੰਦਾ ਉਹਨਾਂ ਨੂੰ ਪਤਾ ਹੁੰਦਾ ਮਾਂ ਤੋਂ ਵੀ ਹੋਣਾ ਜੀਵਨ ਦਾ ਪੱਖ ਕਿਹੋ ਜਿਹਾ ਹੁੰਦਾ। ਇਹਦੀ ਤਾਂ ਮਾਂ ਵੀ ਜਿਉਂਦੀ ਹੈ, ਪਰ ਇੱਕ ਪਾਸੇ ਮਾਂ ਨੂੰ ਤੜਫਦਿਆਂ ਦੂਜੇ ਪਾਸੇ ਪੁੱਤ ਨੂੰ ਤੜਫਦਿਆਂ। ਕਈ ਵਾਰੀ ਪਿੰਡਾਂ ਵਿਚ ਵੇਖੀ ਦਾ ਸੀ ਆਪਣੇ ਧੀਆਂ ਪੁੱਤਰਾਂ ਦੀ ਆਪਣੀ ਔਲਾਦ ਦਾ ਦੁੱਖ ਤਾਂ ਉਹ ਪਸ਼ੂ ਵੀ ਮਹਿਸੂਸ ਕਰਦੇ ਨੇ, ਉਹ ਇਹ ਤਾਂ ਜਿਉਂਦੀਆਂ ਜਾਗਦੀਆਂ ਜਾਨਾਂ ਨੇ ਭਲਿਆ, ਪਰ ਇਹਨਾਂ ਨੇ ਵਿਛੋੜਾ ਪਾ ਦਿੱਤਾ। ਮਾਂ ਤੜਫਦੀ ਹੈ ਸ਼ੇਖੂਪੁਰੇ ਦੇ ਵਿਚ, ਪੁੱਤ ਤੜਫਦਾ ਇਸ ਲਾਹੌਰ ਦੇ ਵਿਚ, ਇਹਨਾਂ ਨੇ ਵਿਛੋੜਾ ਪਾ ਦਿੱਤਾ। ਕਈ ਦਿਨ ਰੋਟੀ ਨਾ ਖਾਧੀ, ਉਦਾਸੀ ਦੇ ਦਿਨ ਗੁਜ਼ਾਰੇ। ਬੇਦਰਦੀਆਂ ਨੂੰ ਕੀ ਦਰਦ ਆਉਣਾ ਸੀ, ਕਿਸੇ ਵਿਦਵਾਨ ਪੁਰਸ਼ ਨੇ ਲਿਖਿਆ, ਜਹਾਂ ਜ਼ਾਲਮ ਹੋ, ਜਿੱਥੇ ਕਿਤੇ ਜ਼ਾਲਮ ਬੇਦਰਦੀ ਹੋਵੇ, ਜਹਾਂ ਜ਼ਾਲਮ ਹੋ ਬੇਦਰਦੀ, ਵਹਾਂ ਫਰਿਆਦ ਕਿਆ ਕਰਨਾ, ਕਿਸਮਤ ਮੈਂ ਲਿਖਾ ਹੈ ਪਰਦੇਸ ਤੋ ਦੇਸ ਕੋ ਯਾਦ ਕਿਆ ਕਰਨਾ। ਫਿਰ ਕਿਸੇ ਤੇ ਕੀ ਉਲਾਮਾ ਦੇਣਾ ਪਿਆਰ ਵਾਲੇ। ਉਹ ਖੈਰ ਜਿਹੜੀ ਬੇਨਤੀ ਕਰਨ ਲੱਗਾ ਸਾਂ, ਅਗਲੇ ਦਾ ਪੰਧ ਕੁਝ ਲੰਮਾ, ਅੱਜ ਆਪਣਾ ਥੋੜੀ ਜਿਹੀ ਵਿਚਾਰ ਹੋਰ ਕਰਨੀ ਹੈ। ਇੱਕ ਚਤਰ ਸਿੰਘ ਅਟਾਰੀ ਵਾਲਾ, ਅਟਾਰੀ ਨੇ ਬੜੇ ਸੂਰਮੇ ਸਿੱਖ ਜਗਤ ਦੀ ਝੋਲੀ ਵਿਚ ਪਾਏ ਨੇ, ਇੱਥੋਂ ਦੇ ਦੋ ਸੂਰਮਿਆਂ ਦੀ ਗੱਲ ਬਹੁਤ ਧਿਆਨ ਨਾਲ ਸਮਝਣੀ। ਚਤਰ ਸਿੰਘ ਅਟਾਰੀ ਵਾਲਾ, ਇਹਦੀ ਧੀ ਦਾ ਰਿਸ਼ਤਾ ਦਲੀਪ ਸਿੰਘ ਨਾਲ ਹੋਇਆ ਹੋਇਆ ਸੀ। ਇਹਨੇ ਇੱਕ ਵਿਚਾਰ ਬਣਾਈ ਵੀ ਨਾਲੇ ਤਾਂ ਸਾਡੀ ਤਾਕਤ ਇਕੱਠੀ ਹੋ ਜਾਏਗੀ, ਸਰਦਾਰਾਂ ਦੀ ਸੀ ਵਫਾਦਾਰ ਬੜਾ। ਦੂਜੀ ਗੱਲ, ਮੈਂ ਆਪਣੇ ਕੀਤੇ ਹੋਏ ਪਰਨ ਵਾਅਦੇ ਨਿਭਾ ਦਿਆਂਗਾ। ਇਹਨੇ ਅੰਗਰੇਜ਼ਾਂ ਦੇ ਕੋਲ ਇੱਕ ਅਰਜ਼ੀ ਦਿੱਤੀ ਭਈ ਮੈਂ ਆਪਣੀ ਲੜਕੀ ਦਾ ਰਿਸ਼ਤਾ ਦਲੀਪ ਸਿੰਘ ਨਾਲ ਕੀਤਾ ਹੋਇਆ ਤੇ ਮੈਂ ਉਹਨੂੰ ਵਿਆਹ ਦੇ ਰੂਪ ਵਿਚ ਸਾਕਾਰ ਰੂਪ ਵਿਚ ਕਰਨਾ ਚਾਹੁੰਦਾ। ਗੋਰਿਆਂ ਨੇ ਗੱਲ ਵਿਚਾਰੀ ਭਈ ਮਹਾਰਾਣੀ ਜਿੰਦਾਂ ਦੀ ਤਾਕਤ ਲੜ ਜਾਏਗੀ ਤੇ ਸਾਰਾ ਕੁਝ ਇਕੱਠਾ ਹੋ ਜਾਏਗਾ। ਚਤਰ ਸਿੰਘ ਅਟਾਰੀ ਵਾਲੇ ਤਾਂ ਅਟਾਰੀ ਪਰਿਵਾਰ ਤਾਂ ਅਟਾਰੀ ਵਾਲੇ ਤਾਂ ਸਾਰੇ ਦੇ ਸਾਰੇ ਕਰੀਬ ਵਫਾਦਾਰ ਸਨ। ਇਹਨਾਂ ਦੀ ਤਾਕਤ ਇਕੱਠੀ ਹੋ ਗਈ ਤੇ ਕੱਲ ਬਗਾਵਤ ਹੋ ਸਕਦੀ ਹੈ ਤੇ ਇਸ ਗੱਲ ਨੂੰ ਹੁਣੇ ਪਰ ਕੱਟ ਦੇਣੇ ਚਾਹੀਦੇ ਨੇ। ਉਹਨਾਂ ਨੇ ਇਹ ਆਗਿਆ ਨਾ ਦਿੱਤੀ, ਸਗੋਂ ਇੱਕ ਹੋਰ ਕੰਮ ਕੀਤਾ। ਇੱਕ ਦਿਨ ਇਹ ਚਤਰ ਸਿੰਘ ਅਟਾਰੀ ਵਾਲਾ ਆਪਣੇ ਨਗਰ ਹਰੀਪੁਰ ਦੇ ਵਿਚ ਰਹਿ ਰਿਹਾ ਸੀ ਤੇ ਇਹਨਾਂ 35 ਕੁ ਮੀਲ ਦੀ ਦੂਰੀ ਦੇ ਉੱਤੇ ਸ਼ੇਰਵਾਂ ਦੇ ਵਿਚ ਐਬਟ ਜਾ ਰਿਹਾ ਸੀ
ਤੇ ਐਬਟ ਨੇ ਕੋਸ਼ਿਸ਼ ਕੀਤੀ, ਇਹ ਵੀ ਸਰਕਾਰੀ ਅੰਗਰੇਜ਼ ਸਰਕਾਰੀ ਅਫਸਰ ਹੈ, ਇਹਨੇ ਕੋਸ਼ਿਸ਼ ਕੀਤੀ ਕਿਸੇ ਹੋਰ ਤਰੀਕੇ ਹੀ ਅਸੀਂ ਚਤਰ ਸਿੰਘ ਦੀ ਤਾਕਤ ਨੂੰ ਖਤਮ ਕਰੀਏ। ਉਹਨਾਂ ਨੇ ਕੁਝ ਮੁਸਲਮਾਨਾਂ ਨੂੰ, ਉਸ ਇਲਾਕੇ ਦੇ ਮੁਸਲਮਾਨਾਂ ਨੂੰ ਭੜਕਾ ਦਿੱਤਾ ਵੀ ਜਿਹੜਾ ਚਤਰ ਸਿੰਘ ਹੈ ਇਹ ਇਸਲਾਮ ਦੇ ਵਿਰੁੱਧ, ਸਰਕਾਰੀ ਤਾਕਤ ਦੇ ਵਿਰੁੱਧ ਇਹੋ ਜਿਹੀਆਂ ਯੂਨਤਾਂ ਬਣਾ ਰਿਹਾ ਹੈ ਜਿਹੜੀਆਂ ਆਉਣ ਵਾਲੇ ਸਮੇਂ ਚ ਬੜੀਆਂ ਖਤਰਨਾਕ ਹੋਣਗੀਆਂ। ਮੁਸਲਮਾਨਾਂ ਨੇ ਭਟਕ ਕੇ ਹਰੀਪੁਰ ਨੂੰ ਸਾਰੇ ਨੂੰ ਘੇਰਾ ਪਾ ਲਿਆ, ਘੇਰਾ ਪਾਇਆ ਤੇ ਇਹਦੀ ਜਾਨ ਨੂੰ ਖਤਰਾ ਹੋਇਆ। ਹੁਣ ਇਹ ਵੀ ਸੀਨੀਅਰ ਸਰਦਾਰਾਂ ਵਿੱਚੋਂ ਸੀ, ਕਿਉਂਕਿ ਅਟਾਰੀ ਵਾਲੇ ਸਰਦਾਰਾਂ ਦਾ ਬੜਾ ਸਤਿਕਾਰ ਸੀ ਰਾਜ ਦਰਬਾਰ ਵਿੱਚ, ਇਸ ਲਈ ਇਹਨੇ ਜਦੋਂ ਇਹ ਗੱਲ ਵਿਚਾਰੀ ਤਾਂ ਉਸ ਵੇਲੇ ਇਧਰਲੇ ਪਾਸੇ ਇੱਕ ਜਿਹੜਾ ਇਹਨਾਂ ਦੀ ਹਿਫਾਜ਼ਤ ਲਈ ਰੱਖਿਆ ਹੋਇਆ ਸੀ ਉਹ ਕਨੋਰਾ, ਇਹ ਅਮਰੀਕੀ ਹੈ, ਇਹਨੂੰ ਵੀ ਤੋਪਾਂ ਦੇ ਖਜ਼ਾਨੇ ਦੇ ਉੱਤੇ ਇਹ ਆਫਿਸਰ ਸੀ ਤੇ ਇਹਨੂੰ ਹੁਕਮ ਹੋਇਆ, ਚਤਰ ਸਿੰਘ ਨੇ ਹੁਕਮ ਕੀਤਾ ਭਾਈ ਤੁਸੀਂ ਇੱਕ ਤੋਪ ਦਾ ਗੋਲਾ ਉਤਾਂਹ ਨੂੰ ਚਲਾ ਕੇ ਇੱਥੇ ਇੱਕ ਦਹਿਸ਼ਤ ਪੈਦਾ ਕਰੋ, ਇਹ ਭੱਜ ਲੱਠ ਜਾਣਗੇ ਮੁਸਲਮਾਨ ਤੇ ਮੁੜ ਕੇ ਗੱਲ ਆਪਾਂ ਸਾਂਝੀ ਕਰ ਲਾਂਗੇ। ਪਰ ਕੈਨੋਰਾ ਤਾਂ ਆਖਿਰਕਾਰ ਵਿਉਂਤ ਨਾਲ ਗੱਲਬਾਤ ਚੱਲ ਰਹੀ ਸੀ ਸਾਰੀ, ਐਬਟ ਨੇ ਸਾਰਾ ਕੁਝ ਪ੍ਰਬੰਧ ਕੀਤਾ ਹੋਇਆ ਸੀ, ਉਹਨੇ ਤੋਪ ਚਲਾਉਣ ਤੋਂ ਮਨਾ ਕਰ ਦਿੱਤਾ ਤੇ ਉਸ ਵੇਲੇ ਚਤਰ ਸਿੰਘ ਨੇ ਕਿਸੇ ਸਿੱਖ ਸਰਦਾਰ ਨੂੰ ਵਚਨ ਕੀਤਾ ਭਾਈ ਇਹਨੂੰ ਪਿੱਛੇ ਹਟਾ ਕੇ ਤੇ ਤੁਸੀਂ ਤੋਪ ਚਲਾਓ। ਪਰ ਉਹਨੇ ਜਦੋਂ ਸਰਦਾਰ ਉਧਰਲੇ ਪਾਸੇ ਨੂੰ ਗਿਆ, ਸਿੱਖ ਗਿਆ ਤੇ ਕੈਨੋਰਾ ਨੇ ਗੋਲੀ ਮਾਰ ਕੇ ਉਸ ਸਿੱਖ ਦਾ ਕਤਲ ਕਰ ਦਿੱਤਾ। ਦੋ ਬੰਦੇ ਹੋਰ ਉਸ ਸ਼ਹਾਦਤ ਤੋਂ ਬਾਅਦ ਦੋ ਬੰਦੇ ਹੋਰ ਕੈਨੋਰਾ ਦੇ ਵੱਲ ਨੂੰ ਗਏ ਤਾਂ ਉਹਨੇ ਉਹਨਾਂ ਦੇ ਵੀ ਗੋਲੀ ਮਾਰੀ, ਹੈਰਾਨੀ ਦੀ ਗੱਲ ਹੈ। ਤਿੰਨ ਸਿੱਖਾਂ ਨੂੰ ਕਤਲ ਕਰਨ ਤੋਂ ਬਾਅਦ ਵਿੱਚ ਦੂਰੋਂ ਖਲੋਤੇ ਇੱਕ ਸਿੱਖ ਨੇ ਗੋਲੀ ਮਾਰੀ, ਕੈਨੋਰਾ ਦਾ ਵੀ ਕਤਲ ਕਰ ਦਿੱਤਾ ਕਿਉਂਕਿ ਉਹਨੇ ਕਰਮੀ ਇਹੋ ਜਿਹੇ ਕੀਤੇ ਸਨ। ਹੈਰਾਨੀ ਦੀ ਗੱਲ ਹੈ, ਮੁਸਲਮਾਨ ਤਾਂ ਭਾਵੇਂ ਖਿੰਡ ਭੁੰਨ ਗਏ ਪਰ ਇਸ ਗੱਲ ਦਾ ਜਿਹੜਾ ਕੇਸ ਬਣਿਆ ਉਹ ਚਤਰ ਸਿੰਘ ਦੇ ਖਿਲਾਫ਼ ਬਣਿਆ ਵੀ ਇਹਨੇ ਕੈਨੋਰਾ ਨੂੰ ਮਾਰਿਆ। ਉਹਨਾਂ ਜ਼ਾਲਮਾਂ ਨੂੰ ਤਿੰਨ ਮਰੇ ਹੋਏ ਸਿੱਖ ਨਹੀਂ ਨਜ਼ਰ ਆਏ, ਤਿੰਨ ਸਿੱਖਾਂ ਦੀ ਸ਼ਹਾਦਤ ਨਜ਼ਰ ਨਹੀਂ ਆਈ ਪਰ ਆਪਣੇ ਇੱਕ ਕੈਨੋਰਾ ਦੀ ਨਜ਼ਰ ਆ ਰਹੀ ਹੈ। ਦੂਜੇ ਪਾਸੇ ਚਤਰ ਸਿੰਘ ਨੂੰ ਬਿਨਾਂ ਕਿਸੇ ਕਸੂਰ ਤੋਂ ਮੁਸਲਮਾਨ ਘੇਰ ਕੇ ਇੱਕ ਅਨਿਆਈ ਮੌਤ ਮਾਰਨਾ ਚਾਹੁੰਦੇ ਨੇ, ਉਹਨਾਂ ਨੂੰ ਉਹ ਨਜ਼ਰ ਨਹੀਂ ਆਇਆ। ਐਵੇਂ ਥੋੜਾ ਲੋਕਾਂ ਨੇ ਕਹਾਵਤਾਂ ਬਣਾਈਆਂ ਨੇ ਵੀ ਸਖ਼ਤ ਰਿਹਾ ਸੱਤੀ ਵੀ ਸੌ, ਇਸੇ ਲਈ ਤਾਂ ਸ਼ੇਖ ਫਰੀਦ ਆਖਦੇ ਨੇ ਕਹਿਣ ਲੱਗੇ ਰੱਬਾ ਇੱਕ ਕਿਰਪਾ ਕਰੀ ਮੈਂ ਤੇਰੀ ਦਿੱਤੀ ਹੋਈ ਜਾਨ ਨਾਲ ਤੇਰੇ ਗੁਣ ਗਾਉਣਾ ਚਾਹੁੰਦਾ ਪਰ ਇੱਕ ਬਖਸ਼ਿਸ਼ ਕਰੀ ਮੈਂ ਏਡੇ ਵੱਡੇ ਰੱਬ ਦੇ ਘਰ ਤੇ ਸਿੱਧਾ ਕਰਨ ਵਾਲਾ, ਮੈਨੂੰ ਕਿਸੇ ਬਗਾਨੀਆਂ ਦੇ ਬੂਹੇ ਤੇ ਨਾ ਰੋਲੀ ਕਿਉਂਕਿ ਬਗਾਨੀਆਂ ਦੇ ਬੂਹਿਆਂ ਤੇ ਰੋਲਣਾ ਬੜਾ ਔਖਾ ਹੁੰਦਾ। ਫਰੀਦਾ ਬਾਰ ਪਰਾਇਆ ਬੈਸਣਾ ਸਾਈ ਮੁਝੇ ਨਾ ਦੇ ਜੇ ਤੂੰ ਇਵੇਂ ਰੱਖਸੀ ਜੀਓ ਸਰੀ ਰੋਲੇ। ਬਗਾਨਿਆਂ ਦੇ ਬੂਹਿਆਂ ਤੇ ਰੋਲਣਾ ਬੜਾ ਔਖਾ ਹੁੰਦਾ ਹੈ ਪਿਆਰ ਵਾਲਿਓ। ਇਹਨਾਂ ਦਿਨਾਂ ਦੇ ਵਿੱਚ ਹੀ ਇਹ ਸ਼ੇਰ ਸਿੰਘ ਅਟਾਰੀ, ਚਤਰ ਸਿੰਘ ਅਟਾਰੀ ਵਾਲੇ ਦਾ ਪੁੱਤਰ ਹੈ ਸ਼ੇਰ ਸਿੰਘ ਅਟਾਰੀ ਵਾਲਾ, ਇਹ ਭਾਵੇਂ ਨੌਕਰ ਸੀ ਸਰਕਾਰੀ ਫੌਜ ਦੇ ਵਿੱਚ ਪਰ ਇਹਨੂੰ ਵੀ ਪਤਾ ਲੱਗਿਆ ਇਸ ਗੱਲ ਦਾ। ਇਹਨੇ ਵੀ ਆਪਣੇ ਪਿਤਾ ਦੇ ਨਾਲ ਕੁਝ ਇੱਕ ਸਰਦਾਰਾਂ ਨੂੰ ਹੋਰ ਇਕੱਠੇ ਕਰਕੇ ਬਗਾਵਤ ਖੜੀ ਕਰ ਦਿੱਤੀ ਔਰ ਇਹ ਬਗਾਵਤ ਕਰਕੇ ਸ਼ੇਰ ਸਿੰਘ ਅਟਾਰੀ ਵਾਲੇ ਨੇ ਆਖਿਰਕਾਰ ਰਾਮਨਗਰ ਦੇ ਵਿੱਚ ਇੱਕ ਮੋਰਚਾਬੰਦੀ ਕੀਤੀ ਤੇ ਉਧਰਲੇ ਪਾਸੇ ਤੋਂ ਗਫ ਆ ਗਿਆ। ਇੱਕ ਛੋਟੀ ਜਿਹੀ ਲੜਾਈ ਉਹਨਾਂ ਦਿਨਾਂ ਦੇ ਵਿੱਚ 22 ਨਵੰਬਰ 1848 ਨੂੰ ਰਾਮਨਗਰ ਦੇ ਵਿੱਚ ਲੜੀ ਗਈ ਪਰ ਇਸ ਲੜਾਈ ਦੀ ਇੱਕ ਗੱਲ ਇਹ ਸੀ, ਸ਼ਾਮ ਨੂੰ ਲੜੀ ਗਈ, ਹਨੇਰੇ ਦਾ ਕੋਟ ਆਸਰਾ ਲੈ ਕੇ ਇਹ ਆਪਸ ਵਿੱਚ ਖਿਲਰ ਪੁਲਰ ਗਏ ਪਰ ਇਸ ਲੜਾਈ ਦਾ ਕੋਈ ਫੈਸਲਾ ਨਾ ਹੋ ਸਕਿਆ। ਕੁਝ ਦਿਨ ਫੇਰ ਗੁਜ਼ਰੇ, ਅਚਾਨਕ ਉਸ ਦਿਨਾਂ ਤੋਂ ਬਾਅਦ ਵਿੱਚ ਇਹਨਾਂ ਨੇ ਇੱਕ ਕੋਸ਼ਿਸ਼ ਕੀਤੀ ਹੋਰ ਦੁਬਾਰੇ, ਇੱਕ ਲੜਾਈ ਦਾ ਹੋਰ ਜ਼ਿਕਰ ਕਰਨਾ। ਇਹਨਾਂ ਦਿਨਾਂ ਦੇ ਵਿੱਚ ਹੀ ਅਚਾਨਕ ਚੇਲਿਆਂ ਵਾਲੀ ਪਿੰਡ ਦੇ ਵਿੱਚ ਇੱਕ ਲੜਾਈ ਹੋਈ, ਜ਼ਿਲ੍ਹਾ ਜੇਲਮ ਦੇ ਲਾਗੇ ਹੈ ਇਹ ਚੇਲਿਆਂ ਵਾਲੀ ਇੱਕ ਪਿੰਡ ਦਾ ਨਾਂ ਹੈ ਤੇ ਇਧਰਲੇ ਪਾਸੇ ਸ਼ੇਰ ਸਿੰਘ ਅਟਾਰੀ ਵਾਲਾ ਤੇ ਨਾਲ ਇਹ ਚਤਰ ਸਿੰਘ ਅਟਾਰੀ ਵਾਲਾ ਇਹ ਸਾਰੇ ਇਕੱਠੇ ਹੋ ਕੇ ਆ ਗਏ। ਇਹਨਾਂ ਨੇ ਸਾਹਮਣੇ ਲੜਾਈ ਲੜੀ, ਇਧਰਲੇ ਪਾਸੇ ਗੱਫ ਵੀ ਆ ਗਿਆ ਆਪਣੀ ਫੌਜ ਲੈ ਕੇ ਔਰ ਏਡੀ ਕੁ ਲੜਾਈ ਲੜੀ ਗਈ ਇਸ ਦੇ ਦਰਮਿਆਨ। ਸਿੱਖ ਇੱਥੇ ਇਸ ਲੜਾਈ ਦੇ ਵਿੱਚ ਇੱਕ ਖੂਬੀ ਦੀ ਬਾਤ ਇਹ ਸੀ ਵੀ ਇਹਦੇ ਵਿੱਚ ਨੇਰੇ ਸਰਦਾਰ ਲੜ ਰਹੇ ਸਨ, ਇਹਨਾਂ ਵਿੱਚ ਗਦਾਰ ਕੋਈ ਨਹੀਂ ਸੀ, ਜਿਹਦਾ ਕਾਰਨ ਕੀ ਬਣਿਆ ਉਹਨਾਂ ਨੇ ਇੰਨੀ ਕੁ ਰੱਜ ਕੇ ਲੜਾਈ ਲੜੀ, ਇੰਨੀ ਕੁ ਰੱਜ ਕੇ ਲੜਾਈ ਲੜੀ, ਲੜਾਈ ਲੜਦਿਆਂ ਇਹਨਾਂ ਨੇ ਇੱਕ ਵਾਰੀ ਗੋਰਿਆਂ ਨੂੰ ਇਹੋ ਜਿਹੇ ਹੱਥ ਦਿਖਾ ਦਿੱਤੇ ਤੇ ਗੋਰਿਆਂ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਭਾਈ ਜੇ ਕਿਤੇ
ਇਹ ਗੁਰੂ ਕੇ ਸਿੱਖ ਇਸੇ ਤਰ੍ਹਾਂ ਦੀਆਂ ਲੜਾਈਆਂ ਲੜਦੇ ਤੇ ਇਹਨਾਂ ਵਿੱਚ ਗਦਾਰ ਨਾ ਹੁੰਦੇ ਤਾਂ ਯਕੀਨ ਕਰਕੇ ਜਾਣਿਓ ਅਸੀਂ ਨਿੱਕਾ ਜਿਹਾ ਇੱਕ ਕਬਜ਼ਾ ਕਰਨਾ ਤਾਂ ਇੱਕ ਪਾਸੇ ਰਿਹਾ ਸੀ, ਸਾਨੂੰ ਆਪਣੀਆਂ ਫੌਜਾਂ ਜਿਉਂਦੀਆਂ ਰੱਖਣੀਆਂ ਜਾਂ ਸਾਨੂੰ ਆਪਣਾ ਹਿੰਦੁਸਤਾਨ ਦੇ ਉੱਤੇ ਰਾਜ ਭਾਗ ਕਾਇਮ ਰੱਖਣਾ ਕਦਾਚਿਤ ਨਸੀਬ ਨਹੀਂ ਸੀ ਹੋਣਾ, ਕਿਉਂਕਿ ਅਗਰ ਸਾਨੂੰ ਜਿੱਤਾਂ ਦਵਾਈਆਂ ਨੇ, ਅਗਰ ਇਹਨਾਂ ਸਰਦਾਰਾਂ ਨੂੰ ਕਿਸੇ ਨੇ ਰੋਲਿਆ ਤਾਂ ਇਹਨਾਂ ਨੂੰ ਇਹਨਾਂ ਦੀ ਗਦਾਰੀ ਦੇ ਕਾਰਨ ਰੋਲਿਆ ਗਿਆ, ਨਹੀਂ ਇਹਨਾਂ ਨੇ ਸਾਡੇ ਹੱਥ ਨਹੀਂ ਸੀ ਆਉਣਾ। ਖੈਰ ਇਹ ਜੰਗ ਦੇ ਵਿੱਚ ਬੜੇ ਵੱਡੇ ਹੱਥ ਦਿਖਾਏ ਗਏ ਤੇ ਇਹ ਬਹੁਤ ਉੱਘਾ ਜੰਗ ਹੋਇਆ ਤੇ ਸਾਰਾ ਕੁਝ ਇਹਦੇ ਵਿੱਚ ਜਿੱਤ ਪ੍ਰਾਪਤੀ ਹੋਈ, ਪਰ ਇਹਦੇ ਵਿੱਚ ਬਹੁਤਾ ਅਸਲਾ ਵੀ ਖਤਮ ਹੋ ਗਿਆ। ਅੱਗੇ ਜਾ ਕੇ ਇਥੋਂ ਇਹ ਚੱਲੇ ਨੇ। ਹੁਣ ਸ਼ੇਰ ਸਿੰਘ ਨੇ ਇੱਕ ਵਿਚਾਰ ਬਣਾਈ ਵੀ ਕਿੰਨਾ ਚੰਗਾ ਹੋਵੇ ਤੇ ਮੈਂ ਮਾਝੇ ਦੇ ਇਲਾਕੇ ਵੱਲ ਨੂੰ ਜਾਵਾਂ, ਉੱਥੇ ਜਾ ਕੇ ਮੇਰੇ ਕੋਲ ਬਹੁਤੇ ਹਥਿਆਰ ਵੀ ਨਹੀਂ ਤੇ ਸਰਦਾਰਾਂ ਦੀਆਂ ਬਹੁਤੀਆਂ ਫੌਜਾਂ ਵੀ ਨਹੀਂ ਤੇ ਖਾਣ ਪੀਣ ਦਾ ਸਾਜੋ ਸਮਾਨ ਵੀ ਨਹੀਂ, ਇਹ ਮੇਰੇ ਕੋਲ ਬਹੁਤਾ ਕੁਝ ਨਹੀਂ ਹੋ ਸਕਣਾ। ਇਸ ਲਈ ਇਹਨਾਂ ਨੇ ਕੋਸ਼ਿਸ਼ ਕੀਤੀ। ਉਹਨਾਂ ਦਿਨਾਂ ਦੇ ਵਿੱਚ ਜਦੋਂ ਮਾਝੇ ਵਾਲੇ ਪਾਸੇ ਨੂੰ ਤੁਰੇ ਤਾਂ ਅਚਾਨਕ 21 ਫਰਵਰੀ 1849 ਨੂੰ ਇੱਕ ਲੜਾਈ ਹੋਰ ਹੋਈ ਹੈ। ਉਹਦੇ ਦਰਮਿਆਨ ਇਹ ਜਿਹੜਾ ਗੁਰੂ ਕਾ ਸਿੱਖ ਸੀ ਵਿਚਾਰਾ, ਇਹ ਇੱਥੇ ਗੁਜਰਾਤ ਦੇ ਇਲਾਕੇ ਵੱਲ ਨੂੰ ਆ ਰਿਹਾ ਹੈ। ਰਸੂਲਪੁਰ, ਰਸੂਲ ਜ਼ਿਲ੍ਹਾ ਗੁਜਰਾਤ ਦੇ ਵਿੱਚ ਹੈ, ਇਧਰਲੇ ਪਾਸੇ ਆ ਰਿਹਾ ਸੀ ਤੇ ਇਧਰ ਨੂੰ ਆਉਂਦਿਆਂ ਆਉਂਦਿਆਂ ਅਚਾਨਕ ਇੱਕ ਇਹੋ ਜਿਹਾ ਕਾਰਨ ਬਣਿਆ, ਇਧਰਲੇ ਪਾਸੇ ਗੱਫ ਨੂੰ ਵੀ ਪਤਾ ਲੱਗਿਆ, ਉਹ ਵੀ ਆਪਣੀਆਂ 3 ਗੁਣਾ ਫੌਜਾਂ ਲੈ ਕੇ, ਕਿਉਂਕਿ ਗੋਰੀਆਂ ਦੇ ਵਿੱਚ ਇੱਕ ਖੂਬੀ ਹੁੰਦੀ ਸੀ ਵੀ ਇੱਕ ਜੰਗ ਜਿੱਤਣ ਤੋਂ ਬਾਅਦ ਵਿੱਚ ਇਹ ਦੇਰੀ ਨਹੀਂ ਸਨ ਕਰਦੇ, ਫੌਜਾਂ ਕਮਜ਼ੋਰ ਹੋਈਆਂ ਦਾ ਲਾਭ ਉਠਾ ਲੈਂਦੇ ਸਨ। ਖੈਰ ਇਹਨਾਂ ਨੇ ਆ ਕੇ ਫਿਰ ਦੁਬਾਰੇ ਸ਼ੇਰ ਸਿੰਘ ਨੂੰ ਘੇਰ ਲਿਆ ਤੇ ਇਸ ਲੜਾਈ ਵਿੱਚ ਚੰਗਾ ਸਾਜੋ ਸਮਾਨ ਨਾ ਹੋਣ ਕਰਕੇ 21 ਫਰਵਰੀ 1849 ਦੀ ਇਹ ਲੜਾਈ ਹੈ, ਇਹਦੇ ਵਿੱਚ ਚੰਗਾ ਸਾਰਾ ਪ੍ਰਬੰਧ ਨਾ ਹੋਣ ਕਰਕੇ ਆਖਰਕਾਰ ਉਥੋਂ ਇਹ ਸਰਦਾਰ ਭੱਜੇ ਨੇ। ਇਹ ਭੱਜੇ ਹੋਏ ਸ਼ੇਰ ਸਿੰਘ ਤੇ ਨਾਲ ਇਹਦੇ ਸਾਥੀ ਕੁਝ ਇਹ ਰਾਵਲ ਪਿੰਡੀ ਕੋਲ ਆ ਕੇ ਫਿਰ ਦੁਬਾਰੇ 14 ਮਾਰਚ 1849 ਨੂੰ ਇਹਨਾਂ ਨੂੰ ਆ ਕੇ ਫਿਰ ਦੁਬਾਰੇ ਘੇਰ ਲਿਆ ਗਿਆ। ਹੁਣ ਇਹਨਾਂ ਨੂੰ ਚਾਰੇ ਪਾਸਿਆਂ ਤੋਂ ਘੇਰ ਕੇ ਹੋਰ ਕੋਈ ਵੀ ਸਾਧਨ ਨਹੀਂ ਸੀ, ਗੋਰੀਆਂ ਨੇ ਆਖਰਕਾਰ ਗ੍ਰਿਫਤਾਰ ਕਰ ਲਏ। ਜਦੋਂ ਗ੍ਰਿਫਤਾਰ ਕੀਤੇ ਤਾਂ ਉਦੋਂ ਇਹਨਾਂ ਨੂੰ ਹਥਿਆਰ ਸੁੱਟਣੇ ਪਏ। ਜਦੋਂ ਹਥਿਆਰ ਸੁੱਟ ਰਹੇ ਸਨ, ਯਾਦ ਰੱਖਿਓ ਪਿਆਰਿਓ, ਇਹ ਸਾਡੀ ਤਵਾਰੀਖ ਦਾ ਬੜਾ ਦਰਦ ਭਰਿਆ ਪੰਨਾ ਹੈ ਤੇ ਚਤਰ ਸਿੰਘ ਨੂੰ, ਸ਼ੇਰ ਸਿੰਘ ਨੂੰ ਜਦੋਂ ਇਹਨਾਂ ਨੇ ਕੈਦ ਕੀਤਾ ਤੇ ਹਥਿਆਰ ਸੁੱਟੇ, ਬਾਕੀ ਸਰਦਾਰ ਹਥਿਆਰ ਸੁੱਟ ਰਹੇ ਸਨ, ਹੈਰਾਨੀ ਦੀ ਗੱਲ ਹੈ। ਉਦੋਂ ਇਹਨਾਂ ਦੇ ਵਿੱਚੋਂ ਕੁਝ ਇੱਕ ਸਰਦਾਰ ਅੱਜ ਜਿਹੜੇ ਜ਼ਿੰਦਗੀ ਭਰ ਕਦੇ ਨਹੀਂ ਸੀ ਰੋਏ, ਅੱਜ ਉਹ ਧਾਹਾਂ ਮਾਰ ਮਾਰ ਕੇ ਰੋਂਦੇ ਆ, ਨਾਲੇ ਹਥਿਆਰ ਰੱਖ ਰਹੇ ਨੇ ਗਿਲਬਟ ਦੇ ਕੋਲ, ਨਾਲ ਇੱਕ ਆਪਣੀ ਜ਼ਬਾਨੋਂ ਕਹਿ ਰਹੇ ਸਨ, ਉਹ ਮਹਾਰਾਜਾ ਰਣਜੀਤ ਸਿੰਘ, ਸਮੇਂ ਨੇ ਮੌਤ ਭਾਵੇਂ ਤੇਰੀ 1839 ਵਿੱਚ ਕਰ ਦਿੱਤੀ ਸੀ, ਪਰ ਤੇਰੇ ਪਰਿਵਾਰ ਵੱਲ ਵੇਖ ਕੇ ਭਾਵੇਂ ਅਸੀਂ ਬਰਬਾਦ ਹੋ ਰਹੇ ਸਾਂ, ਫਿਰ ਵੀ ਕੁਝ ਨਾ ਕੁਝ ਆਸ ਬੱਝੀ ਹੋਈ ਸੀ ਵੀ ਕਦੇ ਨਾ ਕਦੇ ਮੁੜ ਕੇ ਆਪਣੇ ਪੈਰਾਂ ਤੇ ਆਵਾਂਗੇ, ਤੈਨੂੰ ਅਜੇ ਵੀ ਸਾਨੂੰ ਜਿਉਂਦਾ ਨਜ਼ਰ ਆਉਂਦਾ ਸੀ, ਧਾਹਾਂ ਮਾਰੀਆਂ ਕਹਿਣ ਲੱਗੇ ਰਣਜੀਤ ਸਿੰਘਾ, ਸਾਡੀਆਂ ਨਜ਼ਰਾਂ ਵਿੱਚ ਤੂੰ ਅੱਜ ਮਰਿਆ, ਅੱਜ ਮੋਇਆ ਪੰਜਾਬ ਦਾ ਰਾਜਾ। ਤੇ ਇਸ ਤਰ੍ਹਾਂ ਕਰਕੇ ਉਹਨਾਂ ਸਾਰੇ ਸਰਦਾਰਾਂ ਨੇ ਹਥਿਆਰ ਛੱਡ ਦਿੱਤੇ, ਸ਼ੇਰ ਸਿੰਘ ਨੂੰ ਤੇ ਚਤਰ ਸਿੰਘ ਨੂੰ ਕੈਦ ਕਰਕੇ ਕਲਕੱਤੇ ਭੇਜ ਦਿੱਤਾ। ਮੁੜ ਕੇ ਬੜੇ ਔਖੇ ਸਲੋ ਪੋਇਜ਼ਨ ਦੇ ਕੇ ਇਹਨਾਂ ਦੀ ਜ਼ਿੰਦਗੀ ਦਾ ਅੰਤ ਕੀਤਾ, ਗੱਲ ਵੱਖਰੀ ਹੈ। ਪਰ ਅੱਜ ਤੋਂ ਬਾਅਦ ਉਸ ਮਹਾਰਾਜੇ ਪੰਜਾਬ ਦੀ ਧਰਤੀ ਦੇ ਉੱਤੇ ਇਹਨਾਂ ਗੋਰਿਆਂ ਨੇ ਪੂਰਾ ਕਬਜ਼ਾ ਕਰ ਲਿਆ। ਉਸ ਤੋਂ ਬਾਅਦ ਪੂਰਨ ਕਬਜ਼ਾ ਕਰਕੇ ਇਹਨਾਂ ਪਾਪੀਆਂ ਨੇ ਇਹਨਾਂ ਤਿੰਨੇ ਜੰਗਾਂ ਦੇ ਵਿੱਚ ਆਖਰਕਾਰ ਇੱਕ ਜੰਗ ਦੇ ਵਿੱਚ ਭਾਵੇਂ ਚੇਲਿਆਂ ਵਾਲੀ ਜੰਗ ਦੇ ਵਿੱਚ ਸਿੱਖ ਸਰਦਾਰਾਂ ਨੇ ਭਾਵੇਂ ਜਿੱਤ ਹਾਸਲ ਕੀਤੀ, ਪਰ ਅਗਲੇਰੀ ਹੀ ਰਾਵਲ ਪਿੰਡੀ ਵਿੱਚ ਸਿੱਟੇ ਹੋਏ ਹਥਿਆਰਾਂ ਨੇ ਉਸ ਤਰ੍ਹਾਂ ਦੀ ਫਿਰ ਦੁਬਾਰੇ ਉਹਨਾਂ ਦੇ ਹੱਥ ਵਿੱਚ ਤਾਕਤ ਦੇ ਦਿੱਤੀ। ਇਸ ਤੋਂ ਅੱਗੇ ਮਹਾਰਾਣੀ ਜਿੰਦਾਂ ਦੀ ਜ਼ਿੰਦਗੀ ਦੇ ਉਹ ਦੁਖਦਾਈ ਦਿਨ, ਮਹਾਰਾਜਾ ਦਲੀਪ ਸਿੰਘ ਦੇ ਉਹ ਦੁਖਦਾਈ ਦਿਨ, ਇਹ ਗੱਲ ਆਪਾਂ, ਇਹ ਵਿਚਾਰ ਆਪਾਂ ਆਉਣ ਵਾਲੀ ਲੜੀ ਦੇ ਵਿੱਚ ਵਿਚਾਰਾਂਗੇ। ਅੱਜ ਦੇ ਇਸ ਇਤਿਹਾਸਕ ਪੰਨਿਆਂ ਵਿੱਚੋਂ ਜਿਹੜੀ ਗੱਲ ਧਾਰਨ ਕਰਨ ਵਾਲੀ ਹੈ, ਬਹੁਤ ਵਿਚਾਰਨ ਵਾਲੀ ਹੈ, ਉਹ ਇਹ ਹੈ ਪਿਆਰ ਵਾਲਿਓ, ਦੇਖੋ ਇਹਨਾਂ ਨੇ ਇੱਕ ਪਲ ਵੀ ਵਸਾ ਨਹੀਂ ਕੀਤਾ। ਲਾਲ ਸਿੰਘ ਨੇ ਗਦਾਰੀ ਕੀਤੀ, ਉਹਨਾਂ ਨੇ ਉਸੇ ਵੇਲੇ ਕੱਢ ਕੇ ਬਾਹਰ ਮਾਰਿਆ।
ਦੂਜੀ ਗੱਲ, ਇਨ੍ਹਾਂ ਨੇ ਆਪਣੀ ਹਰ ਗੱਲ ਇਸ ਢੰਗ ਨਾਲ ਕੀਤੀ ਹੈ, ਜਿਹੜੀ ਵੀ ਤਾਕਤ ਸਿਰ ਚੁੱਕਣ ਦਾ ਨਾਂ ਲੈਂਦੀ ਸੀ ਉਨ੍ਹਾਂ ਨੂੰ ਉਸੇ ਵੇਲੇ ਖਤਮ ਕਰ ਦਿੱਤਾ। ਮਾਲਕ ਕਿਰਪਾ ਕਰੇ, ਬਖਸ਼ਿਸ਼ ਕਰੇ, ਅਸੀਂ ਇਤਿਹਾਸ ਦੇ ਪੰਨਿਆਂ ਤੋਂ ਕੁਝ ਇੱਕ ਸਿੱਖ ਕੇ ਆਪਣੇ ਜੀਵਨ ਨੂੰ ਸ਼ਿੰਗਾਰ ਸਕੀਏ, ਤਾਂ ਕਿ ਚਲੋ ਪਿੱਛੇ ਤਾਂ ਜੋ ਕੁਝ ਵਰਤੇ ਆ ਪਰ ਆਉਣ ਵਾਲਾ ਸਮਾਂ ਤਾਂ ਅਜਿਹਾ ਹੋਵੇ ਜਿਹਦੇ ਵਿੱਚੋਂ ਅਸੀਂ ਕੁਝ ਸਿੱਖਿਆ ਲੈ ਕੇ ਆਪਣੇ ਜੀਵਨ ਦੇ ਉਹਨਾਂ ਔਖੇ ਪਲਾਂ ਨੂੰ ਦੁਬਾਰੇ ਆਸ ਰੱਖੀਏ, ਸ਼ਾਇਦ ਜ਼ਿੰਦਗੀ ਦੇ ਕੁਝ ਚੰਗੇ ਦਿਨ ਆ ਸਕਣ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਨੂੰ ਖਿਮਾ ਬਖਸ਼ਿਸ਼ ਕਰਨੀ, ਗੁਰੂ ਚਰਨਾਂ ਵਿੱਚ ਬੇਨਤੀ ਕਰਨਾ, ਸਾਹਿਬ ਅਗਾਂ ਵਾਸਤੇ ਸਮਤ ਪ੍ਰਦਾਨ ਕਰਨ, ਗੁਰੂ ਚਰਨਾਂ ਵਿੱਚ ਸਾਰਿਆਂ ਦੇ ਪ੍ਰਤੀ ਅਰਦਾਸ ਬੇਨਤੀ, ਮਾਲਕ ਬਖਸ਼ਿਸ਼ ਕਰੇ ਮੇਰੀ ਵੀ ਚਰਨਾਂ ਵਿੱਚ ਬੇਨਤੀ ਨਿਰੰਕਾਰ ਦੇ, ਇਹ ਇਤਿਹਾਸਕ ਅੱਖਰ ਸਾਡੇ ਹਿਰਦਿਆਂ ਦਾ ਸ਼ਿੰਗਾਰ ਬਣ ਜਾਣ। ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।